साजन लोको प्रेजेंट आ रहे अनगोला ओ माता बेनू दर की तू साडी भगती पैंदा कब तेरा आदी जगती ओ हो रहगी मेरी सारी तू साडे द्वार जाए ज्वाला मुखी मैं जागेर दे मारे जाए ओ कर्म स्रोत बह के मोर कंटिया दी ਕਰਾ ਨਨ ਕਨ ਕਨ ਕੋਰ ਕਰਦਿਆ ਦੀ ਐਸੀ ਕਲਾ ਪਰੋ ਮਾਵ ਦੇ ਦਲਾਰ ਜੈ ਜਾਲਾ ਮੁਖੀ ਪੈ ਜਾਗੇਰ ਦੇ ਗਮਾਰ ਜੈ ਓ ਮੰਤਰ ਮੁਝਾਰ ਬੜੀ ਸੱਜੇ ਨਵ ਦੈ ਬੜੀ ਸੱਜੇ ਨਵ ਦੈ ਨਾਗੜ ਦੈ ਨਾਗੜ ਦੈ ਕਰਕੇ ਵੱਜੇ ਨਵ ਦੈ ਐਸੀ ਮਿੱਠੀ ਵਾਦ ਪਾਰੀ ਵੀ ਗਨਾਰ ਜੈ ਜਾਲਾ ਮੁਖੀ ਪੈ ਜਾਗੇਰ ਸਹਾਵੇ ਚੋਲਣ ਸਾਰੇ ਸੱਚ ਕੋਰ ਮੋਰ ਦੁਆਰੇ ਬੋਲਣ ਸੱਸੀ ਨਵਾਦ ਤੇਜੀ ਚਮਕਾਰ ਤੇਜੀ ਤੇਜੀ ਚਮਕਾਰ ਜੈ ਜਵਾਲਾ ਮੁਖੀ ਮੈ ਜਾਗੇਰ ਦੇ ਗਮਾਰ ਜੈ ਉਹ ਸਾਰਿਆਂ ਸੇ ਪਹਿਲਾਂ ਆਉਂਦੀ ਯੋਗ ਮਾਇਆ ਤੂੰ ਬਾਰਮਾ ਬਿਖਣ ਸ਼ੰਕਰ ਬਣਾਇਆ ਤੂੰ ਜਾਲਾ ਮੁਖੀ ਪੈ ਜਾਗੇਰ ਦੇ ਗਮਾਰ ਜੈ ਉਹ ਕੇਸਰੀ ਤੁਮਾਰਾ ਦਲਾ ਵਿੱਚ ਪੈਂਕਰੇ ਪਾੜ ਕੇ ਉਧਰ ਘੁੰਮ ਦਿੰਦਾ ਪੈਂਕਰੇ ਆਏ ਤਾਗਤ ਬਹੁਤ ਸਿੰਘਾ ਤੋਂ ਨਿਆਰ ਜੈ ਜਾਲਾ ਮੁਖੀ ਪੈ ਜਾਗੇਰ ਦੇ ਗਮਾਰ ਜੈ ਉਸੇ ਰਾਜ ਤੋਂ ਲੱਗਦੇ ਮੰਗਲ ਕਰਨੇ ਬਾਣੀ ਦੇ ਬੱਦਲ ਲੱਗ ਜਾਂਦੇ ਵਾਰਨੇ ਬੜਾ ਫਲ ਤੇਰੀ ਮੂਰਤੀ ਨਿਹਾਰ ਜੈ ਜਵਾਲਾ ਮੁਖੀ ਪੈ ਜਾਗੇਰ ਦੇ ਗਮਾਰ ਜੈ ਉਹ ਐਸਾ ਜਦੋਂ ਰਸ ਆਣਦੇ ਸਰੋਤਿਆਂ ਨੂੰ ਮੂਰੇ ਲਿਆ ਬਾਹਾਂ ਦੀ ਮਗਰ ਖੜੋਤਿਆਂ ਨੂੰ ਵਿੱਚ ਜਾਂਦਾ ਮਨ ਸ਼ੈਰੀ ਦੇ ਨਜ਼ਾਰ ਜੈ ਜਵਾਲਾ ਮੁਖੀ ਪੈ ਜਾਗੇਰ ਦੇ ਗਮਾਰ ਜੈ ਮਾਤਾ ਮੈਂ ਸੁਣਾਉਣੀ ਹੈ ਲਖਨ ਮੂਰੀ ਸ਼ਾਨ ਕੇ ਚਰਨ ਕੋ ਦਾਸਨ ਤੁਮਾਰੀ ਜੋਤ ਹੈ ਯਾਦ ਕਰ ਮਨ ਮਾਲਕ ਅਰਸ਼ ਦੇ ਬਾਂਸੀ ਕੇ ਵਜਿਆ ਆਣ ਕੇ ਦਰਸ਼ ਦੇ ਓ ਬਾਲੀ ਲੀਲਾ ਕੀਤੀ ਗੋਕਰਨ ਸ਼ਹਿਰ ਗੋਕਰਨ ਸ਼ਹਿਰ ਮੈਂ ਸਾਖੀਆਂ ਨੱਚਣ ਬਾਂਸੀ ਦੀ ਲਹਿਰ ਮੈਂ ਫੁੱਲ ਗਏ ਸੀ ਬਾਲ ਭਾਰਤ ਬਾਰਸ਼ ਦੇ ਬਾਂਸੀ ਕੇ ਵਜਿਆ ਆਣ ਕੇ ਦਰਸ਼
ਸਿਸਪਾਲ ਤੇ ਕੰਸ ਨੂੰ ਰਾਕਸ਼ਾਂ ਦੀ ਜਾ ਕੇ ਗਾਲ ਤਾਂ ਬੰਸ ਨੂੰ ਮੱਥਾ ਜੋੜਦਾ ਬਾਣ ਸੁਰ ਜੈਸਿਆਂ ਦਾ ਹੰਕਾਰ ਤੋੜਦਾ ਕਾਜੀ ਗਾਲ ਦੂਰ ਦੀ ਕਰਸ਼ ਦੇ ਬਸੀ ਕੇ ਮਜਿਆ ਆਣ ਕੇ ਦਰਸ਼ ਦੇ ਤੇਰੇ ਸੰਗ ਖੇਲ ਖੇਲਦੇ ਸੀ ਛਛਰੇ ਲੈ ਗਿਆ ਚੁਤਰਨ ਚਰਾ ਕੇ ਬਛਰੇ ਗਲ ਬਜਾਈ ਬਾਰਦ ਬਾਰਸ਼ ਦੇ ਬਸੀ ਕੇ ਬਜਿਆ ਆਣ ਕੇ ਦਰਸ਼ ਦੇ ਉਹ ਸਾਲ ਪਿੱਛੋਂ ਆ ਗਿਆ ਦੇਖਣੇ ਬਰੰਚ ਜੀ ਉਸੇ ਤਰ੍ਹਾਂ ਤੇਰਾ ਰਚਿਆ ਪਰ ਪੰਚ ਜੀ ਬਸੀ ਕੇ ਵਜਿਆ ਆਣ ਕੇ ਦਰਸ਼ ਦੇ ਉਹ ਤੇਰੀ ਆਸ਼ ਕੀ ਨੇ ਦਿਨੇ ਰਾਤੀ ਸ਼ਾਮ ਰੇ ਅੱਖ ਬਾਲੇ ਆਤਮਾ ਬਾਣਾ ਤੇ ਬਾਮ ਰੇ ਤੇਰੇ ਮਿਲਨੇ ਨੂੰ ਨਿਤਰ ਤਰਸ ਦੇ ਜੀ ਨਿਤਰ ਤਰਸ ਦੇ ਬਸੀ ਕੇ ਵਜਿਆ ਆਣ ਕੇ ਦਰਸ਼ ਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰੇ ਜਗਿਆਸੂਆਂ ਦਾ ਮਾਤਾ ਭੈਣਾਂ ਦਾ ਸਵਾਮੀ ਜੀ ਦੀ ਗੱਦੀ ਨੂੰ ਪੀਰਾਂ ਦੀ ਗੱਦੀ ਨੂੰ ਸਾਡੀ ਕਰੋੜ ਵਾਲੀ ਪ੍ਰਣਾਮ ਹੈ ਕਿ ਬਹੁਤ ਹੀ ਬਲਾਕਸ਼ਣ ਸਭਾ ਹੈ ਸਵਰਗ ਲੋਕ ਚੋਂ ਹੀ ਆਈ ਹੈ ਸਵਰਗ ਲੋਕ ਹੀ ਇੱਥੇ ਬਣਿਆ ਪਿਆ ਅਸੀਂ ਕੁਛ ਕਹਿ ਨਹੀਂ ਸਕਦੇ ਬਾਕੀ ਰਾਮਾਇਣ ਦੇ ਵਿੱਚ ਇੱਕ ਗੱਲ ਆਈ ਕਿ ਜਿਹੜਾ ਸਰੀਰ ਹੈ ਇਹ ਕਾਸ ਦੀ ਖਾਤਰ ਪੈਦਾ ਹੋਇਆ ਭਜਨ ਕਰਨ ਵਾਸਤੇ ਜਾਂ ਕਿਸੇ ਦਾ ਪਰ ਉਪਕਾਰ ਕਰਨ ਵਾਸਤੇ ਪਰ ਖੇਦ ਸਹੇ ਨਾ ਸਹੇ ਪਰ ਖੇਦ ਜਸਾ ਸੁਖ ਮੋਗ ਅਗਰ ਚਾਸਤੇ ਪੰਡਿਤ ਦਿਆਲ ਜੀ ਕਹਿੰਦੇ ਅਗਲੇ ਦਾ ਵੇਖ ਕੇ ਦੁੱਖ ਸਹਾਰੇ ਨਾ ਆਪ ਦਾ ਦੱਸੇ ਨਾ ਪਸ਼ੂਆਂ ਦੇ ਉੱਤੇ ਕਿਰਪਾ ਕਰਨੀ ਬੱਚਿਆਂ ਦੇ ਵਿਰਦਾ ਵਿਰਦਾ ਦੀ ਕਿਰਪਾ ਕਰਨੀ ਬੱਚਿਆਂ ਦੇ ਕਰਨੀ ਕੰਮ ਹੂੰ ਕਰਤੇ ਨੱਸਦੇ ਦੱਸਦੇ ਹੱਸਦੇ ਹੱਸਦੇ ਸਵਰਗੇ ਹੱਸਦੇ ਪਹਿਲੇ ਐਸੀ ਬੁੱਧੀ ਹੋਣੀ ਚਾਹੀਏ ਉਹ ਕਹਿੰਦਾ ਜਿਹੜੀ ਕਪਾਹ ਐਸਾ ਪਰ ਉਤਾਰ ਕਰਦੀ ਹੈ ਕਪਾਹ ਪਹਿਲੇ ਵੇਲਣੀ ਨਾਲ ਵੇਲੀ ਜਾਂਦੀ ਹੈ ਉਹ ਵੇਲਣੀ ਵੀ ਉਹ ਚਿੱਤਦੀ ਹੈ ਪਾ ਅਗਲੇ ਪਾਸੇ ਪੀਣ ਪੀਣ ਕੇ ਕੱਢਦੀ ਹੈ ਫਿਰ ਉਪਣੀਆਂ ਚੱਕ ਕੇ ਲੈ ਜਾਂਦੀ ਹੈ ਤੇਲੀ ਕੋਲੇ ਫਿਰ ਜਿਹੜੀ ਤਰਦੀ ਹੈ ਉਸਨੂੰ ਪਿੰਜਦੀ ਹੈ ਪਿੰਜ ਪਿੰਜ ਕੇ ਬਰੀਕ ਕਰ ਦਿੰਦੀ ਹੈ ਫਿਰ ਤਕੜੇ ਥਾਣੀ ਨਿਕਲਦੀ ਹੈ ਉਹ ਕਪਾਹ ਤਕੜਾ ਵੀ ਉਹਨੂੰ ਛਿਲਦਾ ਤਕੜੇ ਥਾਣੀ ਨਿਕਲ ਕੇ ਫਿਰ ਤਾਲੀ ਤੇ ਚੜਾ ਲੈਂਦੀ ਹੈ ਉਹ ਜਿਹੜੀ ਲੱਖ ਅਕਸ਼ਾਂ ਵੱਜਦੀ ਹੈ ਉਹਦੀ ਵੀ ਸੱਟ ਵੱਜਦੀ ਹੈ ਤਾਂ ਕਿ ਉੱਤੇ ਠੋਕੀ ਦਾ ਤੁਰਿਆ ਜਾਂਦਾ ਫਿਰ ਉਹਦਾ ਕੱਪੜਾ ਬਣ ਜਾਂਦਾ ਕੱਪੜਾ ਬਣ ਕੇ ਫਿਰ ਉਸਦੇ ਉੱਤੇ ਦਰਜੀ ਹੈ ਜਿਹੜਾ ਉਹ ਲੀਰਾ ਕਰਦਾ ਉਹਨੂੰ ਪਾੜ ਪਾੜ ਕੇ ਅੱਡੋ ਅੱਡੀ ਕਰ ਦਿੰਦਾ ਲੀਰਾ ਕਰਕੇ ਫਿਰ ਉਹਦੇ ਉੱਤੇ ਸੂਈ ਚੱਲਦੀ ਹੈ ਸੂਈ ਵੀ ਉਸ ਨੂੰ ਪਰਾਉਂਦੀ ਹੈ ਖਿੱਚਦੀ ਹੈ ਫਿਰ ਉਹਦਾ ਕੱਪੜਾ ਬਣਦਾ ਹੈ ਫਿਰ ਉਹ ਕੀ ਪਾਲਕਾਰ ਕਰਦੀ ਹੈ ਐਡੀ ਦੁਖੀ ਹੋ ਕੇ ਫਿਰ ਅਗਲੇ ਦਾ ਰੰਗ ਢੱਕਦੀ ਇੰਨੀ ਦੁਖੀ ਹੋ ਕੇ ਪਹਿਲੇ ਵੇਲੀ ਦੀ ਹੈ ਫਿਰ ਉਹ ਪਿੰਜੀ ਦੀ ਹੈ ਫਿਰ ਉਹ ਤਾਲੀ ਥਾਲੀ ਚੌਕੀ ਦੀ ਹੈ ਫਿਰ ਉਹ
ਸੂਈ ਚੱਲਦੀ ਆ, ਦਰਦੀ ਪਾੜਦਾ, ਫਿਰ ਉਹ ਕੱਪੜਾ ਬਣ ਕੇ ਨੰਦ ਅਗਲੇ ਦਾ ਢੱਕਦੀ ਹੈ, ਸੁੱਖ ਅਗਲੇ ਨੂੰ ਦਿੰਦੀ ਹੈ। ਇਸ ਪ੍ਰਕਾਰ ਵੈਸੇ ਮਹਾਤਮਾ ਕਹਿੰਦੇ ਕਿ ਕਮਾ ਕੇ ਸਮਾਨ ਵਾਲਾ ਜਾਈਏ, ਅਗਲੇ ਨੂੰ ਅਗਲੇ ਦਾ ਦੁੱਖ ਵੇਖ ਕੇ ਸਹਾਰੇ ਨਾ, ਆਪ ਦਾ ਦੱਸੇ ਨਾ। ਇਹ ਪਰਵਕਾਰ ਕਰਨ ਵਾਸਤੇ ਇਹ ਆਇਆ, ਭਜਨ ਕਰਨ ਵਾਸਤੇ ਆਇਆ। ਰਾਮ ਰੀਤੀ ਰਮਾ ਹੈ, ਜੋ ਸਾਰਿਆਂ ਮੈਂ ਰਮਿਆ ਹੋਇਆ ਨਾ, ਰਾਮ ਮੰਤਰ ਹੈ, ਤੂੰ ਵੱਡਾ ਮੰਤਰ ਕੋਈ ਹੈ ਨਹੀਂ। ਸੀਤਾ ਬਨ ਦੇ ਵਿੱਚ ਫਿਰਦੀ ਹੈ, ਸੀਤਾ ਨੂੰ ਮਾਰਨ ਵਾਸਤੇ ਭਗਵਾਨ ਫਿਰਦੇ ਹੈ, ਤਾਂ ਪਾਰਵਤੀ ਨੂੰ ਸ਼ੰਕਰ ਕੋਲੇ ਬੈਠੀ ਹੈ ਸਤੀ, ਤੇ ਉਹਨੂੰ ਭੁਲੇਖਾ ਪਿਆ ਵੀ ਦਸ਼ਰਥ ਕੁਮਾਰ, ਇੱਕ ਦਾ ਨਾਮ ਰਾਮ ਹੈ, ਇੱਕ ਦਾ ਨਾਮ ਲਕਸ਼ਮਣ ਹੈ, ਇਹ ਸੀਤਾ ਨੂੰ ਭਾਲਦੇ ਫਿਰਦੇ ਹੈ, ਇਹ ਮੇਰਾ ਇਹਦਾ ਪਤੀ ਹੈ, ਇਹ ਕਹਿੰਦਾ ਇਹ ਤ੍ਰਿਲੋਕੀ ਨਾਥ ਹੈ, ਵਿਸ਼ਨੂੰ ਦਾ ਅਵਤਾਰ ਹੈ, ਇਹਨਾਂ ਦੀ ਪ੍ਰੀਖਿਆ ਕਰਨੀ ਚਾਹੀਦੀ। ਇੱਕ ਜੀਵ ਅਲਪੱਤ ਸਰਵੱਗ ਦਾ ਸਰਵੱਗ ਦੀ ਪ੍ਰੀਖਿਆ ਕਰਨੀ ਚਾਹੁੰਦਾ, ਜਿਹੜਾ ਪੁੱਤਰ ਹੈ ਉਹ ਪਿਤਾ ਦੇ ਦੋਸ਼ ਦੋਸ਼ ਨੂੰ ਨਹੀਂ ਜਾਣ ਸਕਦਾ, ਉਸਨੂੰ ਜੰਮਿਆ ਹੋਇਆ। ਉੱਠ ਕੇ ਸਤੀ ਸੀ ਜਿਹੜੀ ਵਣ ਦੇ ਵਿੱਚ ਜਾ ਕੇ ਸੀਤਾ ਦਾ ਸਰੂਪ ਪੂਰੇ ਧਾਰ ਕੇ ਖੜ ਗਈ, ਵੀ ਇਹ ਕਹਿ ਦੇਣਗੇ ਆ ਸੀਤਾ ਫਿਰਦੀ ਹੈ, ਫਿਰ ਕੋਈ ਅਵਤਾਰ ਨਹੀਂ। ਤਾਂ ਭਗਵਾਨ ਨੇ ਦੂਸਰੇ ਪਾਸੇ ਮੂੰਹ ਕਰ ਲਿਆ, ਤਾਂ ਪਾਰਵਤੀ ਸੁਣੀ ਵੀ ਕੀ ਕਰਨੀ, ਭਾਰਤੀ ਦਾ ਸੀਤਾ ਨੂੰ ਸੀ ਕਿ ਮੈਨੂੰ ਆਖਣਾ ਸਾਡੀ ਸੀਤਾ ਸਿਆ ਗਈ। ਤਾਂ ਫਿਰ ਭਗਵਾਨ ਨੇ ਇਹ ਬਾਤ ਕਹੀ, ਫਿਰ ਕਿਹਾ ਮਾਤਾ ਸਤੀ, ਤੂੰ ਆਪਣੇ ਪਤੀ ਨੂੰ ਛੱਡ ਕੇ ਸ਼ੰਕਰ ਜੀ ਨੂੰ ਅਕੇਲੀ ਬਣ ਦੇ ਵਿੱਚ ਫਿਰ ਰਹੀ ਹੈ, ਮਾਤਾ ਤੂੰ ਆਪਣੇ ਪਤੀ ਪਾਸ ਫਿਰ। ਫਿਰ ਸਾਨੂੰ ਕੰਬਣ ਲੱਗ ਪਈ, ਇਹਨਾਂ ਨੂੰ ਕੀ ਪਤਾ ਲੱਗ ਗਈ ਪਾਰਵਤੀ, ਮੇਰਾ ਸਰੂਪ ਤਾਂ ਸੀਤਾ ਦਾ ਤਾਰਿਆ, ਇਹ ਤਾਂ ਜ਼ਰੂਰੀ ਅਵਤਾਰ ਹੈ। ਭਗਵਾਨ ਨੇ ਫਿਰ ਅਸੀਂ ਮਾਇਆ ਫਲਾਈ, ਕਰੋੜਾਂ ਹੀ ਬ੍ਰਹਿਮੰਡ, ਕਰੋੜਾਂ ਹੀ ਬ੍ਰਹਮਾ, ਕਰੋੜਾਂ ਹੀ ਇੰਦਰ, ਕਰੋੜਾਂ ਹੀ ਦੇਵਤੇ, ਕਰੋੜਾਂ ਹੀ ਰਾਮ, ਕਰੋੜਾਂ ਹੀ ਸੀਤਾ, ਜਿਹਦੇ ਪਾਸੇ ਵੇਖਦੀ ਹੈ ਉਸੇ ਪਾਸੇ ਖੜੇ। ਫਿਰ ਜਮੈਂ ਕਾਸ਼ਕਾ ਦੀ ਗਿਰਗੀ ਅਸੀਂ ਮਾਇਆ ਭਗਵਾਨ, ਜਿਹੜੇ ਪਾਸੇ ਰਾਮ ਹੀ ਰਾਮ ਨਜ਼ਰ ਆਉਂਦਾ, ਸੀਤਾ ਹੀ ਸੀਤਾ, ਬ੍ਰਹਮਾ ਹੀ ਬ੍ਰਹਮਾ, ਇੰਦਰੀ ਇੰਦਰ ਖੜੇ। ਫਿਰ ਮੁੜ ਕੇ ਸ਼ੰਕਰ ਪਾਸ ਆ ਕੇ ਬਹਿ ਗਈ, ਨਿਮੋਚਾਰੀ ਹੋ ਗਏ। ਸ਼ੰਕਰ ਜੀ ਕਹਿੰਦੇ ਹਮਾਰੇ ਹਮ ਤੋਂ ਪਰੇ ਹੋ ਕੇ ਬੈਠ ਜਾ, ਹਮਾਰੇ ਸਾਥ ਤਰਵਾ, ਹਮਾਰਾ ਸੰਬੰਧ ਕੋਈ ਨਹੀਂ, ਕਿਉਂ ਤੂੰ ਹਮਾਰੀ ਮਾਤਾ ਹੋ ਚੁੱਕੀ, ਉਹ ਮੇਰਾ ਸਵਾਮੀ ਹੈ ਸ੍ਰੀ ਰਾਮ, ਤੂੰ ਸੀਤਾ ਦਾ ਸਰੂਪ ਧਾਰਿਆ, ਸੀਤਾ ਹਮਾਰੀ ਮਾਤਾ, ਸ਼ੰਕਰ ਜੀ ਕਹਿ ਉਸਦਾ ਸਰੂਪ ਧਾਰ ਕਰਕੇ ਹਮਾਰੇ ਬਰਾਬਰ ਬਹਿਣ ਦੇ ਯੋਗ ਨਹੀਂ, ਸਾਹਮਣੇ ਹੋ ਕੇ ਬਹਿ ਜਾ, ਮੈਂ ਹਮਾਰੀ ਮਾਤਾ ਹੋ ਗਈ, ਜੇ ਤੇਰਾ ਸਰਬੰਧ ਹੋਏਗਾ ਤਾਂ ਦੂਸਰੇ ਜਨਮ ਚ ਹੋ ਗਿਆ ਕਿ ਨਹੀਂ। ਤਾਂ ਫਿਰ ਉਹਦੇ ਪਿਓ ਦੇ ਜੱਗ ਹੋਇਆ ਦਕਸ਼ ਦਾ, ਆਪ ਨੇ ਬੜੀ ਦੁਸ਼ਮਣੀ ਸੀ ਉਹਨਾਂ ਦੀ, ਲਾਭ ਤਾਂ ਵੱਡੀ ਆ, ਉਹਨਾਂ ਦਾ ਸਰੀਰ ਜਾ ਕੇ ਹਮ ਕੁਲੀ ਤਿਆਗਤਾ, ਬਾਕੀ ਐਤਕੀ ਸਵਾਮੀ ਜੀ ਦਾ ਹੁਕਮਾ ਹੈ, ਕਥਾ ਤਾਂ ਸਾਰੀਆਂ ਹੀ ਸੁਣਾਈਆਂ ਵੀ ਹੈ। ਪਰ ਕ੍ਰਿਸ਼ਨ ਸੁਦਾਮਾ ਉਹਦਾ ਕਦੋਂ ਸੁਣੀਏ, ਭਾਗਵਤ ਨੇ ਤਾਂ ਐਸਾ ਲਿਖਿਆ ਹੈ ਕਿ ਸੁਦਾਮੇ ਦੀ ਕ੍ਰਿਸ਼ਨ ਦੀ ਕਥਾ ਜਦੋਂ ਵੀ ਸੁਣੀਏ ਉਦੋਂ ਕਈ ਵਾਰੀ ਮੁਕਤੀਆਂ ਦੀ ਦਾਤਾ ਹੈ, ਐਸਾ ਹੀ ਭਗਤ ਹੋਇਆ। ਫਿਰ ਭਗਵਾਨ ਕੀ ਕ੍ਰਿਸ਼ਨ ਦੀ ਲੀਲਾ, ਇੱਕ ਐਸਾ ਭਗਤ, ਐਸੀ ਉਹਨਾਂ ਦੀ ਦੋਸਤੀ। ਤਾਂ ਕ੍ਰਿਸ਼ਨ
ਤੇ ਸੁਦਾਮਾ। ਭਾਗਵਤ ਦੀ ਬੜੀ ਵਿਲੱਖਣ ਲੀਲਾ ਹੈ ਤਾਂ ਪਹਿਲੀ ਉਸਦੀ ਲਾਵਣਤਾ ਦੱਸੀ ਜਾਂਦੀ ਹੈ। ਕਈ ਕਵੀ ਬੋਲਦੇ ਆ ਅਥਾਨਤਾ ਨਹੀਂ ਹੁੰਦੀ, ਪਹਿਲਾਂ ਅਥਾਨਤਾ ਤੋਂ ਬਿਨਾਂ, ਜ਼ਮੀਨ ਤੋਂ ਬਿਨਾਂ, ਫਾਰਮੂਲੇ ਦੇ ਮੁੱਢ ਤੋਂ ਬਿਨਾਂ ਪੂਰੀ ਕਹਾਣੀ ਅਧੂਰੀ ਰਹਿ ਜਾਂਦੀ ਹੈ। ਕਹਾਂ ਦੱਸਿਆ ਜਾਂਦਾ ਹੈ ਕਿ ਕਿਹੜਾ ਉਸ ਬ੍ਰਾਹਮਣ ਦਾ ਨਗਰ ਸੀ, ਕਿਸ ਤਰ੍ਹਾਂ ਦਾ ਬ੍ਰਾਹਮਣ ਸੀ, ਕਿਸ ਤਰ੍ਹਾਂ ਫਿਰਦਾ ਸੀ, ਕਿਸ ਤਰ੍ਹਾਂ ਉਹ ਭਗਤ ਸੀ। ਜੁਮਲਾ ਅਰਜਨ ਮੇਂ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ। ਜੁਮਲਾ ਅਰਜਨ ਤੋਂ ਉਸਕੀ ਨਗਰੀ ਲਗਾਈ ਹੋਈ ਹੈ ਭਾਗਵਤ ਨੇ ਤਾਂ ਨਹੀਂ, ਭਾਗਵਤ ਨੇ ਸੁਦਾਮਾ ਨਗਰੀ ਲਗਾਈ। ਸੁਦਾਮਾ ਨਗਰੀ ਪੂਰੀ ਤਾਂ ਜਦੋਂ ਉਦੋਂ ਮੁੜ ਕੇ ਆਇਆ ਉਹ ਰਾਈ ਕੁਮਾਰ ਨੇ, ਉਹ ਕਸਬਾ ਜਾਂ ਨਗਰ ਛੋਟਾ ਜਿਹਾ, ਰਿਸ਼ੀਆਂ ਦੀਆਂ ਕੁੜੀਆਂ ਸੀ ਉੱਥੇ। ਉਸ ਕਾਰਨ ਤਾਂ ਕਿਸੇ ਕਿੱਸੇ ਵਾਲੇ ਨੇ, ਕਿਸੇ ਗੁਰੂ ਨੇ ਜੁਮਲਾ ਅਰਜਨ ਉਸ ਨਗਰੀ ਦੱਸੀ ਵੀ ਰਿਸ਼ੀਆਂ ਦੀਆਂ ਉੱਥੇ ਕੁੜੀਆਂ ਸੀ, ਬੜਾ ਮਹਾਂਭਗਤ ਸੀ, ਪਹਿਲਾਂ ਜੋ ਭਗਵਾਨ ਨੂੰ ਜਪਦਾ ਸੀ ਅਤੇ ਬ੍ਰਾਹਮਣ ਸੀ। ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਉਹਦਾ ਡਰਾਮਾ ਜੀਵਨ ਦਾ ਹੋਇਆ ਉਹ ਸਾਰਾ ਪਹਿਲੀ ਉਸਾਰਿਆ ਦੱਸਿਆ ਜਾਊ ਕਿ ਸੁਦਾਮਾ ਅਤੇ ਕ੍ਰਿਸ਼ਨ ਮਾਤਾ ਭੈਣਾਂ ਪ੍ਰੇਮ ਨਾਲ ਬੈਠ ਕੇ ਸੁਣ। ਕ੍ਰਿਸ਼ਨ ਮਿੱਤਰ ਕਬਿਰ ਕਰਦਾ ਸੀ ਨਿਤ ਨਹੀਂ ਕਰ ਤੂੰ ਮੈਂ ਉਸ ਦੀ ਜਾਗਾ ਮੁਝੇ ਬਰੇ ਮਾਂ। ਉਹ ਕਸਬਾ ਜਾਂ ਨਗਰ ਸੀ ਉਹਦੇ ਸੀਗੇ ਰਿਸ਼ੀ ਪੜੋਸੀ, ਉਹਦੀ ਸਿਮਤ ਕਰਾਂ ਕੀ ਮੈਂ ਐਸਾ ਸੀ ਪੰਡਿਤ ਸੰਤੋਸ਼ੀ। ਪ੍ਰੇਮ ਕਰਕੇ ਵਰਸ਼ਾ ਅੰਮ੍ਰਿਤ ਦੀ ਵਰਸ਼ਾ ਮਾਂ ਵਿੱਚ ਜੁਮਲਾ ਅਰਜਨ ਦੇ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ। ਮਾਲਾ ਫੇਰੇ ਭਗਵਾਨ ਦੀ ਕੋਲੇ ਲੈਂਦੇ ਰਿਸ਼ੀਆਂ ਮੁਨੀਆਂ, ਐਸਾ ਉਹ ਫਕਰ ਸੀ ਵੇਦਾ ਇੱਕ ਨਿਗਾਹ ਸੇ ਦੁਨੀਆ। ਉਹ ਗੋਡਿਆਂ ਤੱਕ ਧੋਤੀ ਸੀ ਉਹ ਗਲ ਵਿੱਚ ਸੀ ਬੰਨਿਆ ਜਾ ਜਾਮਾ ਵਿੱਚ ਜੁਮਲਾ ਅਰਜਨ ਦੇ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ। ਬਲ ਵਿੱਚ ਫਿਰਦਾ ਸੰਤਾਂ ਦਾ ਸੰਗੀ ਮਸਾ ਚੁੱਕ ਲੱਭਦਾ ਸੀ ਘਰ ਵਿੱਚ ਸੀ ਪਹਿਲਾ ਤੋਂ ਤੰਗੀ। ਬੁੱਕਲ ਮੰਡਾ ਸੀ ਉਹ ਜਾ ਦੇ ਕੀ ਮੈਂ ਨਾਲ ਸੁਣਾਵਾ ਵਿੱਚ ਜੁਮਲਾ ਅਰਜਨ ਦੇ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ। ਕਿਤੇ ਰਿਸ਼ੀ ਬੈਠ ਕੇ ਜੀ ਆਪਣਾ ਖੁਸ਼ ਕਰਦੇ ਜਿੱਦ ਗਾ ਕੇ ਉਹਨਾਂ ਕੋਲ ਜਾ ਪੈਂਦਾ ਪਾਉਂਦਾ ਤਲੀਆਂ ਨਾਲ ਪੜਾ ਕੇ ਬੋਲੇ ਸਰਗ ਮਨੋ ਸਾਰੇ ਮਾਲਕ 14 ਵਿਦਿਆ ਦੇ ਬ੍ਰਾਹਮਣ ਚਲੇ ਆਮ ਦੇ ਪਰਸਰਾਮ ਦੇ ਜੀਉ ਜਾ ਕੇ ਸਿਆ ਭੀਸ਼ਮ ਦਾਮਾ ਵਿੱਚ ਜੁਮਲਾ ਅਰਜਨ ਦੇ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ। ਯੁਗ ਪਰਤੇ ਇਹਨਾਂ ਨੇ ਸੀ ਕਰੀ ਮਿਹਰ ਦੀ ਦ੍ਰਿਸ਼ਟਾ ਇਹ ਚਰਨ ਜੀਵ ਰਹਿੰਦੇ ਗੌਤਮ ਅਤਰੀ ਰਿਸ਼ੀ ਵਿਸ਼ਿਸ਼ਟ ਕਰਕੇ ਭਾਰਤ ਨੇ ਦ੍ਰੋਣਾ ਚਾਰ ਜਿਆ ਤੂੰ ਸੁਦਾਮਾ ਵਿੱਚ ਜੁਮਲਾ ਅਰਜਨ ਦੇ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ। ਉਹ ਵਰੁਣ ਦੇਵਤਾ ਜੀ ਬੈਗਿਆ ਮਾਨ ਦੇਹੀ ਦਾ ਕਰਕੇ ਪੀ ਲਿਆ ਸੀ ਘੱਟ ਸੁੱਟ ਨੇ ਸਮਝੋ ਢਾਈ ਚੂੜੀਆਂ ਭਰ ਕੇ। ਸ਼ਕਤੀ ਰਿਸ਼ੀਆਂ ਦੀ ਇਹ ਸ਼ਕਤੀ ਰਿਸ਼ੀਆਂ ਦੀ ਉਹ ਤੁਹਾਨੂੰ ਕਿੱਥੋਂ ਤੱਕ ਬਤਾਵਾਂ
ਵਿੱਚ ਜੁਮਲਾ ਜਾ ਜਲ ਗਏ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ ਉਹ ਪੈਰਾਂ ਤੋਂ ਨੰਗਾ ਸੀ ਫਿਰਦਾ ਰਹਿੰਦਾ ਭੁੱਖਾ ਧਿਆਇਆ ਚੋਟੀ ਤੇ ਬੋਦਾ ਸੀ ਪਿੱਛੇ ਕੰਡ ਦੇ ਕੇ ਲਮਕਾਇਆ ਜੰਮੀ ਲੱਤਾ ਤੇ ਉਹ ਕਿਹੜਾ ਰੋਜ ਫਿਰਦਾ ਜਾਮਾ ਵਿੱਚ ਜੁਮਲਾ ਜਾ ਜਲ ਗਏ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ ਵੇਖਣ ਵਿੱਚ ਪਾਗਲ ਜਾ ਪਿਆਸੀ ਵਿੱਚ ਭਜਨ ਦੇ ਰੰਗਿਆ ਜਾਣੋ ਵਿੱਚ ਬਚਪਨ ਦੇ ਸੀਗਾ ਨਾਲ ਸਸੀਲਾ ਮੰਗਿਆ ਸਾਰੇ ਜੀਵਨ ਦਾ ਤੁਹਾਨੂੰ ਕਰਕੇ ਦੱਸੂ ਡਰਾਮਾ ਕੁਝ ਜੁਮਲਾ ਅਰਜਨ ਦੇ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ ਪਿਤਾ ਕਹੇ ਸੁਦਾਮੇ ਨੂੰ ਕਿਤੇ ਸਿੱਖ ਮੂਰਖਾ ਅਕਸ਼ਰ ਪੁੱਤ ਹੋ ਕੇ ਬ੍ਰਾਹਮਣ ਦਾ ਐਵੇਂ ਤੁਰਿਆ ਫਿਰੇ ਨਿਰਾਕਸ਼ਰ ਜਾਗੰਦੀ ਪਨ ਕੋਲੇ ਉਹ ਤੈਨੂੰ ਵਿਦਿਆ ਸਭੀ ਬਣਾਵਾ ਵਿੱਚ ਜੁਮਲਾ ਅਰਜਨ ਦੇ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ ਰਹਿ ਕੇ ਕਰਕੇ ਕਰਦਿਆਂ ਨੇ ਤੋਰੇ ਦੇਰ ਨ ਲਾਈ ਕੋਈ ਵੜ ਗਿਆ ਵਿੱਚ ਪਖੜੇ ਦੇ ਬੈਠੇ ਕੰਡੇ ਪੈਰ ਪਰੋਈ ਉਹ ਮਾਤਾ ਵਿੱਚ ਰਸਤੇ ਦੇ ਉਹ ਮੈਨੂੰ ਆ ਕੇ ਮਿਲ ਕਰ ਸ਼ਾਮਾ ਵਿੱਚ ਜੁਮਲਾ ਅਰਜਨ ਦੇ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ ਵਿੱਚ ਜੁਮਲਾ ਅਰਜਨ ਦੇ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ ਪੈਰਾਂ ਤੋਂ ਨੰਗਾ ਸੀ ਫਿਰਦਾ ਰਹਿੰਦਾ ਭੁੱਖਾ ਧਿਆਇਆ ਚੋਟੀ ਤੇ ਬੋਦਾ ਸੀ ਪਿੱਛੇ ਕੰਢ ਦੇ ਕੇ ਲਮਕਾਇਆ ਫਲ ਜੰਮੀ ਲੱਤਾਂ ਤੇ ਕਿਹੜਾ ਰਹੇ ਫੇਰਦਾ ਝਾਮਾ ਵਿੱਚ ਜੁਮਲਾ ਅਰਜਨ ਦੇ ਇੱਕ ਸੀ ਬ੍ਰਾਹਮਣ ਨਾਮ ਸੁਦਾਮਾ ਮਾਲਾ ਫੇਰੇ ਭਗਵਾਨ ਦੀ ਕੋਲੇ ਰਹਿੰਦਾ ਰਿਸ਼ੀਆਂ ਮੁਨੀਆਂ ਐਸਾ ਉਹ ਫਕਰ ਸੀ ਵੇਹਦਾ ਇੱਕ ਨਿਗਾਹ ਸੇ ਦੁਨੀਆ ਗੋਡਿਆਂ ਤੱਕ ਧੋਤੀ ਸੀ ਗਲ ਵਿੱਚ ਸੀ ਫਟਿਆ ਜਾਂ ਜਾਮਾ ਪਹਿਲਾਂ ਤੋਂ ਮਹਾਂਫਕਰ ਸੀ ਭਜਨ ਕਰਦਾ ਸੀ ਕਿਤੇ ਰਿਸ਼ੀ ਬੈਠ ਕੇ ਜੀ ਆਪਣਾ ਖੁਸ਼ ਕਰਦੇ ਚਿੱਤ ਗਾ ਕੇ ਉਹਨਾਂ ਕੋਲ ਜਾ ਪੈਂਦਾ ਪਾਉਂਦਾ ਤਲੀਆਂ ਨਾਲ ਪੜਾ ਕੇ ਵਿੱਚ ਫੇਰੇ ਸੱਜਣ ਨੂੰ ਸਾਰੇ ਅੱਗੇ ਜਿਤਨੇ ਵੀ ਗਾਉਣੇ ਆਉਂਦੇ ਸੀ ਬ੍ਰਾਹਮਣ ਰਿਸ਼ੀ ਲੋਕ ਪੱਕੀਆਂ ਚੀਜ਼ਾਂ ਗਾਉਂਦੇ ਸੰਗੀਤ ਗਾਉਂਦੇ ਜੰਗਲਾਂ ਦੇ ਵਿੱਚ ਬੈਠੇ ਪਾਲੋ ਕਿਸੇ ਪਗਮੀ ਨੂੰ ਜੇਕਰ ਸਰੀਰ ਆਪਦਾ ਸਾਧੋ ਮਾਲਕ 14 ਵਿਦਿਆ ਦੇ ਬ੍ਰਾਹਮਣ ਚਲੇ ਆਮ ਦੇ ਆਦੋਂ ਕੋਲੇ ਪਰਸਰਾਮ ਦੇ ਜੀ ਜਾ ਕੇ ਸਿੱਖਿਆ ਭੀਸ਼ਮਤਾ ਮਾਂ ਜਿਤਨੀ ਵੀ ਵਿਦਿਆ ਖਤਰੀਆਂ ਨੇ ਪਾਈ ਪਹਿਲੇ ਬ੍ਰਾਹਮਣਾਂ ਕੋਲੇ ਪਾਈ 14 ਵਿਦਿਆ ਦੇ ਮਾਲਕ ਹੋਰ ਕਿਤੋਂ ਵਿਦਿਆ ਨਹੀਂ ਖਾ ਸਕਦੀ ਪਰਸਰਾਮ ਕੋਲੇ ਜਾ ਕੇ ਭੀਸ਼ਮਤਾਵਾਂ ਦਾ ਚੇਲਾ ਬਣਿਆ ਬਿੱਡਾ ਮਹਾਂਬਲੀ ਹੋਇਆ ਜੁਗ ਪੜ ਕੇ ਇਹਨਾਂ ਨੇ ਅਸੀਂ ਕਰੀ ਮਿਹਰ ਦੀ ਦ੍ਰਿਸ਼ਟ ਇਹ ਚਰਨ ਜੀਵ ਰਹਿੰਦੇ ਗੌਤਮ ਐਤਰੀ ਰਿਸ਼ੀ ਵਿਸ਼ੇਸ਼ਤ ਯੁੱਧ ਕਰਕੇ ਭਾਰਤ ਨੇ ਦਰੋਣਾਚਾਰਜ ਅਸ਼ੂਸਾਮਾ ਦੇ ਕੁਮ ਚਿਰੰਜੀਵ ਬ੍ਰਾਹਮਣ ਦਰੋਣਾਚਾਰਜ ਨੇ ਕਿਹਾ ਮਹਾਂਭਾਰਤ ਦਾ ਯੁੱਧ ਕਰਾਇਆ ਕਿਤਨੇ ਲੜਕੇ ਸਿਖਾਏ ਫਿਰ ਕੌਣ ਹੋਇਆ ਵਰਨ ਦੇਵਤਾ ਜੀ ਬਹਿ ਗਿਆ ਮਾਂ ਦੇ ਹੀਦਾ ਕਰਕੇ ਪੀ ਲਿਆ ਸੀ ਘੱਟ ਸੁੱਕਣੇ ਸਮਝੋ ਢਾਈ ਚੂੜੀਆਂ ਭਰ ਕੇ ਇਹ ਸ਼ਕਤੀ ਰਿਸ਼ੀਆਂ ਦੀ ਤੁਹਾਨੂੰ ਕਿੱਥੋਂ ਤੱਕ ਸੁਣਾਵਾਂ ਘੱਟ ਸੁੱਕ ਕੌਣ ਆਗਾਸ ਟਟੀਰੀ ਦੇ ਆਂਡੇ ਸਮੁੰਦਰ ਮੇਂ ਗਿਰ ਗਏ ਉਹ ਬਣਾਉਂਦੀ ਹੈ ਆਗਾਸ ਕਿਨਾਰੇ ਤੇ ਤਪੱਸਿਆ ਕਰ ਰਿਹਾ ਉਹ ਕਹਿੰਦਾ ਸਮੁੰਦਰ ਵਰਤ ਦੇਵਤਾ ਇਸ ਦੇ ਬੱਚੇ ਆਂਡੇ ਵਿੱਚ ਲਿਖ ਗਏ ਇਹ ਕਲਾਉਂਦੀ ਹੈ ਤੇ ਬੱਚੇ ਦੇ ਮੇਰੇ ਕੋਲੋਂ ਚੱਲੀ ਨਹੀਂ ਜਾਂਦੀ ਹੈ ਉਹ ਕਹਿੰਦਾ ਜੀ ਹਮਾਰੇ ਮੇਂ ਕੋਈ ਚੀਜ਼ ਡਿੱਗੀ ਮੁੜ ਕੇ ਸੁਣਾਉਂਦੀ ਨਹੀਂ ਉਹ ਆਹਦਾ ਖਿਆਲ ਤਾਂ ਜਾਊਗੀ ਇਹ ਤਾਂ ਕਿਹੜੀ ਗੱਲ ਹੈ ਗਨਾ ਸਰ ਉਹ ਆਹਦਾ ਟਟੀਰੀ ਦੇ ਆਂਡੇ ਮੇਰੇ ਚ ਆਖੀ ਨਹੀਂ ਸਿਮਦੇ
ਲੋਕਾਂ ਨੂੰ ਇੱਥੇ ਕਹਿੰਦੇ ਰਹਿ ਮੇਰੇ ਤਾਂ ਹਜ਼ਾਰਾਂ ਬਾਦਸ਼ਾਹ ਤੇਰਾ ਕੋਈ ਵਿਸਤਾਰ ਰੱਖਣ ਵਾਲਾ ਨਹੀਂ ਹੈ, ਮੈਨੂੰ ਕੌਣ ਰੋਕ ਸਕਦਾ ਹੈ? ਜਦੋਂ ਮੇਰੀ ਕਿਆਮਤ ਆਉਂਦੀ ਹੈ, ਵਿੱਚੇ ਗ੍ਰਸ ਵਿੱਚੇ ਪਹਾੜ ਉੱਡ ਜਾਂਦੇ, ਕੋਈ ਰੋਕਦਾ? ਉਹਦਾ ਮੈਂ ਰੋਕਦਾ, ਤੂੰ ਕੀ ਰੋਕੇਗਾ? ਆ ਜਾ ਪਹਿਲਾਂ ਸ਼ਕਤੀ ਦੇ ਨਾਲ ਢਾਈ ਚੂੜੀਆਂ ਜੀ ਖਿੱਚ, ਐ ਆਉਂਦਾ ਆਪਦੇ ਆਪ ਸਮੁੰਦਰ ਨੂੰ, ਐ ਚੂੜੀ ਕਲਰ ਸੀ, ਤੀਜਾ ਹਿੱਸਾ ਵੱਢ ਕੇ ਲੈ ਗਿਆ ਸਮੁੰਦਰ ਦਾ, ਢਾਈ ਚ ਖਾਲੀ ਕਰਤਾ, ਪੇਟ ਦੇ ਵਿੱਚ ਕੜਾਰਤਾ, ਮਹਾਰਾਜ ਮੇਰਾ ਸੰਕਾਰ ਦੌੜਦਾ, ਮੈਨੂੰ ਹੁਣ ਕਿਵੇਂ ਬਾਹਰ ਪਾ? ਬਾਹਰ ਤੂੰ ਰਿਸ਼ੀਆਂ ਦਾ ਮੱਥਾ ਰੱਖ ਲਈ ਜੀ, ਮੈਂ ਫਿਰ ਵੀ ਦੇਵਤਾ ਕਿੱਡਾ ਤੂੰ ਵੱਡਾ, ਅਸੀਂ ਭਗਵਾਨ ਦੀ ਤਪੱਸਿਆ ਕਰਦੇ, ਪਿਸ਼ਾਬ ਦੇ ਰਸਤੇ ਵਾਸਤੇ ਨੇ ਕੱਢ ਕੇ ਖਾਰਾ ਕਰਤਾ, ਪੀ ਲਿਆ ਸੀ ਘੱਟ ਸਕਦੇ ਡਾਇਰੈਕਟ ਚੌੜੇ ਸੀ ਪੈਦਾ ਹੋਇਆ, ਬਸ ਮੈਤਰੇ ਵੱਲ ਦਾ ਲੜਕਾ ਹੋਇਆ, ਵਿਸ਼ੇਸ਼ਤਾ ਆਗਾਸ ਤੌੜੇ ਦੇ ਵਿੱਚੋਂ ਪੈਦਾ ਹੋਏ, ਕਿੱਡੀ ਕਿੱਡੀ ਸ਼ਕਤੀ ਵਿਖਾ ਗਏ, ਜੇ ਆਪਾਂ ਇਨਸਾਨ ਅਗਲੀਆਂ ਨੂੰ ਪੈਦਾ ਹੋਏ ਆਪਾਂ ਨੂੰ ਵਿਖਾ ਸਕਦੇ? ਕੋਈ ਸਹੀ ਸੇ ਪੈਦਾ ਹੋਇਆ, ਕੋਈ ਮਿਰਨੀ ਸੇ ਪੈਦਾ ਹੋਇਆ, ਕੋਈ ਮੱਛੀਆਂ ਸੇ ਪੈਦਾ ਹੋਇਆ, ਕੋਈ ਤੌੜਿਆ ਸੇ ਪੈਦਾ ਹੋਇਆ, ਕਿੱਡੀਆਂ ਕਿੱਡੀਆਂ ਉਹਨਾਂ ਨੇ ਗੱਲਾਂ ਕਰਕੇ ਵਿਖਾ ਦੇਣਾ। ਇਹ ਸ਼ਕਤੀ ਰਿਸ਼ੀਆਂ ਦੀ ਤੁਹਾਨੂੰ ਕਿੱਥੋਂ ਤੱਕ ਬਤਾਵਾਂ, ਵਿੱਚ ਜੰਗਲਾ ਅਰਜਨ ਦੇ ਕਿਸੇ ਬ੍ਰਾਹਮਣ ਨਾਲ ਸਧਾਰਨਾ ਰਹਿ ਕਰਕੇ ਘਰਦਿਆਂ ਨੇ ਤੋਰਿਆ ਦੇਰ ਨਾਲ ਲਾਈ ਹੋਈ। ਬ੍ਰਾਹਮਣ ਕਹਿੰਦੇ ਭਾਈ ਬ੍ਰਾਹਮਣ ਕੇ ਕਰ ਰਾਂਡੀ ਆਛੇ, ਦਰਬਾਰ ਦੀ ਬਾਣੀ ਹੈ, ਇੱਕ ਮਜ਼ਬੀ ਸੀ ਸਾਡੇ ਪੜ੍ਹਿਆ ਲਿਖਿਆ ਤੇ ਉਹ ਆਹ ਪੰਡਿਤ ਕਹਿੰਦੇ ਵੀ ਇਹ ਬ੍ਰਾਹਮਣ ਕੇ ਕਰ ਰਾਂਡੀ ਆਛੇ, ਇਹਦਾ ਕੀ ਹੈ, ਕੀ ਅਰਥ ਹੈ? ਉਹਦਾ ਜੀ ਬ੍ਰਾਹਮਣ ਦੇ ਘਰੇ ਜੇ ਰੰਡੀ ਹੋ ਜੇ ਤਾਂ ਬਹੁਤ ਚੰਗੀ ਹੈ। ਉਹਦਾ ਮੂਰਖਾ ਬ੍ਰਾਹਮਣ ਦੇ ਘਰੇ ਜੇ ਲੜਕੀ ਰੰਡੀ ਹੋਵੇ ਉਹਦਾ ਸਾਰੀ ਉਮਰ ਘਰੇ ਰਹੀ ਹੈ, ਚੰਗੀ ਕਿਵੇਂ ਹੋਈ ਤੈਨੂੰ ਪਤਾ ਨਹੀਂ ਅੜਦਾ? ਬ੍ਰਾਹਮਣ ਕੇ ਕਰ ਰਾਂਡੀ ਆਛੇ, ਰਾਂਡੀ ਨਾਮ ਹੈ ਵਿਦਿਆ ਦਾ, ਬ੍ਰਾਹਮਣ ਦੇ ਘਰੇ ਵਿਦਿਆ ਹੋਣੀ ਚਾਹੀਦੀ ਬੇਟਾ, ਜਿਹੜਾ ਬ੍ਰਾਹਮਣ ਉਹ ਪੁੰਨਿਆ ਮੱਸਿਆ ਦੀ ਬੁੜੀਆਂ ਬੁੱਝੀਆਂ, ਬਾਬਾ ਅੱਜ ਗੌਤ ਹੈ ਜਾਂ ਦਸਵੀਂ ਹੈ ਜਾਂ ਪੁੰਨਿਆ ਜਾਂ ਬਾਰ ਸਾਹਿਬ ਤੋਂ ਬ੍ਰਾਹਮਣ ਕਹਿੰਦਾ ਮੇਰੇ ਯਾਦ ਨੂੰ ਫਿਰ ਫਿਰ ਗਿਆ ਉਸ ਬ੍ਰਾਹਮਣ ਦਾ, ਇੰਨੀ ਨਹੀਂ ਚੀਜ਼ ਉਹ ਯਾਦ ਕਰ ਸਕਦਾ, ਥੋੜ੍ਹਾ ਬਹੁਤਾ ਬ੍ਰਾਹਮਣ ਨੂੰ ਪੜ੍ਹਨਾ ਚਾਹੀਦਾ, ਅਗਲੀ ਦਾ ਜ਼ਿਆਦਾ ਪੜ੍ਹਨਾ ਚਾਹੀਦਾ, ਨਹੀਂ ਕੁਛ ਨਾ ਕੁਛ ਕਰਨ ਯੋਗਾਂ ਦਾ ਵਿਰੋਧ ਹੈ, ਸਾਰੀਆਂ ਜਾਤਾਂ ਦਾ ਥੋੜ੍ਹਾ ਜਿਹਾ ਪੜ੍ਹਨਾ ਚਾਹੀਏ ਬੇਟਾ, ਜਾਂ ਸੰਧੀ ਪਲ ਪੰਡਤ ਦੀ ਬੜੀ ਪਾਠਸ਼ਾਲਾ ਹੈ ਉੱਥੇ ਪੜ੍ਹ ਗਿਆ, ਸੁਦਾਮਾ ਮਹਾ ਫਕਰਾ ਹੈ, ਤੋਰਤਾ ਨੰਗੇ ਪੈਰ ਹੈ, ਇੱਕ ਪੱਟ ਪਾਇਆ ਤੇਲ ਬੰਦਾ ਹੈ, ਤਿਲਕ ਛਾਪਾ ਲਾਇਆ ਹੈ, ਇੱਕ ਮੌਕਾ ਜਾ ਗੁਰਦਾ ਤੇ ਸਿੱਟਿਆ ਹੈ, ਕੁਦਰਤੀ ਰਾਹ ਘੁੰਮ ਕੇ ਤੁਰ ਕੇ ਜਾਣਾ ਕਿਹੜਾ ਕੋਲੇ ਮਾਰ, ਕਿਸੇ ਹੋਰ ਡੰਡੀ ਵੜ ਗਿਆ, ਉਹ ਡੰਡੀ ਸੀ ਜਿਹੜੀ ਚੰਦਰ ਦੇ ਪੱਖੜੇ 'ਚ ਵੜ ਗਈ, ਪੱਖੜੇ ਨੇ ਪੈਰ ਕਰੋ ਤੇ ਉੱਥੇ ਬ੍ਰਾਹਮਣ ਦਾ ਲੜਕਾ ਬੈਠਾ ਰੋਂਦਾ, ਇਧਰੇ ਪਾਸੇ ਕੰਸ ਨੂੰ ਮਾਰ ਕੇ ਭਗਵਾਨ ਕ੍ਰਿਸ਼ਨ ਔਰ ਬਲਭਦਰ ਬਾਬੇ ਨੰਦ ਨੂੰ ਕਹਿੰਦੇ ਬਾਬਾ ਹੁਣ ਤੂੰ ਚਲਿਆ ਜਾ, ਹੁਣ ਅਸੀਂ ਆਪਦੀ ਸਤੀ ਮਾਤਾ ਪਿਤਾ ਕੋਲ ਜਾਵਾਂਗੇ। ਬਾਬੇ ਨੰਦ ਨੂੰ ਪਤਾ ਲੱਗਿਆ ਵੀ ਇਹਨਾਂ ਦੀ ਵੀ ਮਾਂ ਪਿਓ ਹੋਰ ਵੀ ਹੈ ਸੱਤ ਗੁਣਾ, ਪਹਿਲਾਂ ਪਤਾ ਹੀ ਨਹੀਂ ਲੱਗਿਆ, ਬੇਟਾ ਤੁਸੀਂ ਕੋਈ ਹੋਰ ਮਾਂ ਪਿਓ ਬਤਾਇਆ ਹੈ, ਸੱਤ ਗੁਣਾ ਤੁਹਾਡਾ ਮਾਂ ਪਿਓ ਕੋਈ ਹੋਰ? ਬਾਬਾ ਸਾਡਾ ਮਾਂ ਪਿਓ ਦਾ ਸਾਡਾ ਹੋਰ ਹੈ, ਤੇਰੇ ਪੈਸੇ ਬਾਲ ਨਹੀਂ ਲੱਗ ਰਹੀ, ਸਾਡੀ ਮਾਤਾ ਤੋਂ ਦੇਵਤੀ ਹੈ, ਵਸ਼ਦੇਵ ਸਾਡਾ ਪਿਤਾ ਹੈ,
ਇਸ ਵਾਸਤੇ ਜਦੋਂ ਹਮਾਰਾ ਜਨਮ ਹੋਇਆ, ਮੇਰੇ ਮਾਮੇ ਨੂੰ ਨਾਰਦ ਨੇ ਦੱਸਿਆ ਵੀ ਇਸਨੇ ਕਰ ਮਾਰੂ, ਤਾਂ ਵਸ਼ਦੇਵ ਜੀ ਸ਼ੋਧਾ ਦੇ ਨਾਲ ਮੈਨੂੰ ਪਾ ਕੇ ਅਤੇ ਲੜਕੀ ਉਠਾ ਕੇ ਲੈ ਗਈ ਔਰ ਦੇਵਕੀ ਦੇ ਪੇਟ ਦੇ ਵਿੱਚੋਂ ਕੱਢ ਕੇ ਰੋਹਿਣੀ ਦੇ ਪੇਟ ਮੇ ਬਲਭਦਰ ਜੀ ਪਹਿਲਾਂ ਰੱਖੇ ਗਏ। ਬਾਬਾ ਅਨੰਦ ਰੋਦਨ ਕਰਨ ਲੱਗਿਆ, ਬੇਟਾ ਅਸੀਂ ਤਾਂ ਸੁਖਮਣਾ ਪਲ ਨਹੀਂ ਬਚਦੇ, ਬਾਬਾ ਕੋਈ ਨਹੀਂ ਮੈਂ ਦਰਸ਼ਨ ਦਿਓ, ਉਹਨਾਂ ਦੀਆਂ ਵੀ ਯਾਦਾਂ ਮੈਂ ਠੰਡੀਆਂ ਕਰ ਲਿਆ ਜਿਹਨਾਂ ਨੇ ਮੈਨੂੰ ਪੈਦਾ ਕਰਿਆ। ਵਸ਼ਦੇਵ ਕੋਲੇ, ਦੇਵਕੀ ਕੋਲੇ ਉਗਰ ਸਾਹਿਬ ਦੇ ਹੱਥ ਕੜੀਆਂ ਵੱਡੇ ਕੰਸ ਮਾਰ ਕੇ ਉਗਰ ਸਾਹਿਬ ਨੂੰ ਰਾਜ ਦਿੱਤਾ। ਨੰਦ ਜਸ਼ੋਦਾ ਛੋੜ ਕੇ ਜਦ ਕ੍ਰਿਸ਼ਨ ਸੀ ਆਇਆ, ਤਰਸ ਰਹੀ ਸੀ ਦੇਵਕੀ ਛਾਤੀ ਨਾਲ ਲਾਇਆ, ਖੁਸ਼ੀਆਂ ਵਿੱਚ ਵਸ਼ਦੇਵ ਨੇ ਉਤਸ਼ਾਹ ਮਨਾਇਆ, ਬਲਭਦਰ ਦੇ ਕ੍ਰਿਸ਼ਨ ਨੂੰ ਵਿੱਚ ਗੋਦ ਵਹਾਇਆ, ਗਰਗ ਰਿਸ਼ੀ ਨੂੰ ਸੱਦ ਕੇ ਸਭ ਕਰਮ ਕਰਾਇਆ, ਲਿਆਂਦੇ ਬਣਦੇ ਕ੍ਰੋਧ ਨੇ ਇਸ਼ਨਾਨ ਕਰਾਇਆ, ਦੂਰੋਂ ਆਉਣ ਸੰਬੰਧੀਆਂ ਜਦ ਤਿਲਕ ਲਗਾਇਆ, ਦਿੱਤਾ ਦਾਨ ਕ੍ਰੋਧ ਨੂੰ ਉਹ ਘਰੇ ਸਦਾਇਆ, ਦਾਨ ਸੱਦਿਆ ਸਾਫ ਸੀ ਰਥ ਨੂੰ ਜਲਵਾਇਆ, ਲੈ ਜਾ ਪੂਰੀ ਅਜੈਨ ਨੂੰ ਉਹਨੂੰ ਪੜ੍ਹਨ ਵਹਾਇਆ। ਵਸ਼ਦੇਵ ਕਹਿੰਦੇ ਇਹ ਮੇਰੇ ਦੋਵਾਂ ਲੜਕਿਆਂ ਨੂੰ ਦਾਰਕ ਸਾਹਿਬ ਸੀ ਭਗਵਾਨ ਦਾ ਨਾਂ, ਜਾ ਇਹਨਾਂ ਨੂੰ ਅਜਾਇਨ ਨਗਰੀ ਨੇ ਸੰਧੀ ਪੰਨ ਦੀ ਪਾਠਸ਼ਾਲਾ ਮੈਂ ਪੜ੍ਹਨ ਵਾਸਤੇ ਲੈ ਜਾ, ਹੁਣ ਮੈਂ ਸਾਰੇ ਕਰਮ ਇਹਨਾਂ ਕੋਲ ਕਰਾਊਂ ਪੜ੍ਹਾਊਂਗੀ। ਪਹਿਲਾਂ ਗੋਪਾ ਮੈਂ ਰਹਿੰਦੇ ਨੇ ਗੁਜਰਾਂ ਮੈਂ, ਦੋਵਾਂ ਚੱਲਦੇ ਰਹੇ। ਹੁਕਮ ਆਣ ਕੇ ਭੂਖਦਾ ਰਥ ਤਵੀ ਚਲਾਇਆ, ਜੰਗਲ ਵਿੱਚ ਭਗਵਾਨ ਨੂੰ ਲੜਕਾ ਦਸਿਆਇਆ, ਕੋਲੇ ਆ ਕੇ ਉਸਦੇ ਫਿਰ ਵਾਹਨ ਕਢਾਇਆ, ਵਾਹਨਾਂ ਨੇ ਰਸ। ਭਗਵਾਨ ਕਹਿੰਦਾ ਵੀ ਇੱਥੇ ਰਸ ਲਿਆ ਕੇ ਸਾਰਸੀ, ਜੰਗਲ ਵਿੱਚ ਭਗਵਾਨ ਨੂੰ ਲੜਕਾ ਦਸਿਆਇਆ, ਉਹਦੇ ਕੋਲੇ ਆ ਕੇ ਫਿਰ ਵਾਹਨ ਕਢਾਇਆ। ਉਹ ਮਿੱਤਰਾ ਤੂੰ ਕੌਣ ਹੈ? ਉਹ ਕ੍ਰਿਸ਼ਨ ਬੁਲਾਇਆ, ਸੁਦਾਮਾ ਬੈਠਾ ਉਹਦੇ ਪੈਰਾਂ ਕੰਡੇ ਖੁੱਲੇ ਆ, ਰੋਈ ਜਾਂਦਾ ਭਗਵਾਨ ਉਹ ਮਿੱਤਰਾ ਤੂੰ ਕੌਣ ਹੈ? ਉਹ ਕ੍ਰਿਸ਼ਨ ਮਿੱਤਰ ਕਹਿ ਬੈਠਾ ਭਗਵਾਨ ਨੂੰ, ਜੋ ਤੂੰ ਕੌਣ ਹੈ? ਉਹ ਕ੍ਰਿਸ਼ਨ ਬੁਲਾਇਆ, ਮੈਂ ਬ੍ਰਾਹਮਣ ਕਾ ਬਾਲ ਹੂੰ, ਸਭ ਹਾਲ ਸੁਣਾਇਆ, ਮੈਂ ਤਾਂ ਮਾਰਾ ਕਿਸੇ ਬ੍ਰਾਹਮਣ ਦਾ ਲੜਕਾ ਹੈ, ਕਿਆ ਮੈਂ ਤੇਰਾ ਨਾਮ ਸ਼ਾਮ ਐਸੇ ਫਰਮਾਇਆ। ਬਈ ਬ੍ਰਾਹਮਣ ਦੇ ਲੜਕੇ ਤੇਰਾ ਨਾਮ ਕਿਆ? ਨਾਮ ਸੁਦਾਮਾ ਨਾਥ ਜੀ ਮੈਂ ਸੱਚ ਬਤਾਇਆ, ਮੇਰਾ ਨਾਮ ਤਾਂ ਮਹਾਰਾਜ ਸੁਦਾਮਾ ਹੈ, ਦਸ਼ਾ ਦੇਖ ਉਸ ਭਗਤ ਦੀ ਨੈਣੋ ਜਲ ਛਾਇਆ। ਭਗਵਾਨ ਨੇ ਆਖਿਆ ਚਿਰਾਂ ਦਾ ਭਗਤ ਹੈ ਇਹ ਬ੍ਰਾਹਮਣ ਦਾ ਲੜਕਾ, ਇਹਦੇ ਨੰਗੇ ਪੈਰ ਹੈ, ਕੰਡੇ ਖੁੱਲੇ ਹੋਇਆ, ਜੰਗਲ ਮੈਂ ਬੈਠਾ, ਤੂੰ ਕਿਸ ਵਾਸਤੇ ਜਾ ਰਿਹਾ, ਕਿਵੇਂ ਆਇਆ ਸੀ? ਮਹਾਰਾਜ ਮੈਂ ਤੂੰ ਸੰਧੀ ਪੰਨ ਦੀ ਪਾਠਸ਼ਾਲਾ ਮੈਂ ਅਜੈਨ ਨਦੀ ਮੈਂ ਜਾ ਰਿਹਾ। ਭਗਵਾਨ ਨੇ ਐਸਾ ਪ੍ਰੇਮ ਕਰਿਆ, ਨੇਤਰਾ ਚੋਂ ਜਲ ਛਾ ਕੇ ਉਹ ਲਿਆ, ਬ੍ਰਾਹਮਣ ਤੇਰੇ ਚਰਨ ਚੱਟੀਏ, ਤੇਰੇ ਅਸੀਂ ਐਸੇ ਮਰਿਆਦਾ ਸ਼ੋਕ ਮਾਇਆ। ਬ੍ਰਾਹਮਣ ਦੇ ਪੈਰਾਂ ਮੂੰਹ ਦੇ ਨਾਲ ਕੰਡੇ ਕੱਢੇ, ਪੱਖੜੇ ਦੇ ਕੰਡੇ ਵੱਡੇ ਭਗਤਾਂ ਦੇ ਦੀਨ ਆ ਨਾ ਭਗਵਾਨ, ਉਹ ਜਿਹੜੇ ਸੁਦਾਮੇ ਦੇ ਪੈਰਾਂ 'ਚ ਵੈਨੀਆਂ ਪਾਟੀਆਂ ਕੰਡੇ ਵੱਜੇ ਆ, ਭਗਵਾਨ ਮੂੰਹ ਦੇ ਨਾਲ ਕੱਢ ਰਹੇ, ਨਾਲੇ ਰੋ ਰਹੇ ਆ, ਛਾਤੀ ਨਾਲ ਲਾ ਕੇ ਕਹਿੰਦੇ ਉਹ ਸੁਦਾਮਾ ਆਜ ਤੋਂ ਤੂੰ ਹਮਾਰਾ ਮਿੱਤਰ ਹੋ ਚੁੱਕਾ। ਭਗਵਾਨ ਦੀ ਮੂੰਹ ਜੇ ਨਿਕਲੀ, ਹੁਣ ਤੂੰ ਇਉਂ ਕਰ, ਤੇਰੇ ਨੰਗੇ ਪੈਰ ਆ, ਸਾਡੇ ਪਾਸ ਰਸ ਜੁੜਿਆ ਹੋਇਆ, ਤੂੰ ਇਸ ਰਸ ਦੇ ਉੱਤੇ ਬਹਿ ਜਾ, ਅਸੀਂ ਵੀ ਉਸੇ ਪੰਡਤ ਕੋਲ ਪੜ੍ਹਨ ਜਾਂਦੇ ਹਾਂ ਅਤੇ ਤੈਨੂੰ ਰੱਖ ਕੇ ਵਹਾ ਕੇ ਚੱਲੀਏ, ਇੱਕ ਭਗਵਾਨ ਸ਼ਾਂਤੀ ਦੇਗਾ, ਚੱਲ ਸਾਡੇ ਬਹਿ ਜਾ ਰਸਤੇ ਬ੍ਰਾਹਮਣਾ,
ਤੇਰੇ ਇਕੱਲੇ ਵਾਲੀ ਦਾ ਤੇਰੇ ਨੰਗੇ ਪੈਰ ਰਾਤ ਤੇ ਬਹਿ ਜਾ, ਤੈਨੂੰ ਕੋਲ ਪਸੰਦੀ ਪਾਲੀ ਪਾਠਸ਼ਾਲਾ ਮੈਂ ਲੈ ਕੇ ਚੱਲੀਏ, ਦੇਖਾ ਵਾਲਾ ਤੇਰਾ ਮਿਆਸ ਦਾ ਮਿਆ ਕਸਰੀਰਾ ਪੈਰਾ ਤੂੰ ਕਾਂਡੇ ਕੰਡੇ ਨੈਣੀ ਪਰ ਕਰਨੀਰਾ ਛੋਲਿਆ ਹੈ ਤੂੰ ਸਾਨੂੰ ਲੱਭਤਾ ਮੇਰੇ ਨਾਲ ਬਹੁਤ ਕਾਣੀਆਂ ਮਹੱਬਤਾਂ ਤੇਰੇ ਨਾਲ ਪਿਆਰ ਪਿਛਾਵ ਨਾਮਣਾ ਚੱਲ ਸਾਡੇ ਪੈਜਾ ਰਾਤ ਦੇ ਬ੍ਰਾਹਮਣਾ ਚੱਲ ਸਾਡੇ ਪੈਜਾ ਰਾਤ ਦੇ ਬ੍ਰਾਹਮਣਾ ਹੁਕਮ ਕਰਦੇ ਪਹਿਲਾਂ ਪਿੰਡੇ ਤੇ ਤਰਾਟੀਆਂ ਵਿੱਚ ਤੇਰੇ ਹੱਥਾਂ ਦੇ ਵਿਆਹੀਆਂ ਪਾਟੀਆਂ ਵਿੱਚ ਤੇਰੇ ਹੱਥਾਂ ਦੇ ਵਿਆਹੀਆਂ ਪਾਟੀਆਂ ਵਿੱਚ ਬੁੱਲ ਗਿਆ ਸਦਾ ਮੈਂ ਨਾਮਣਾ ਚੱਲ ਸਾਡੇ ਪੈਜਾ ਰਾਤ ਦੇ ਬ੍ਰਾਹਮਣਾ ਚੱਲ ਸਾਡੇ ਪੈਜਾ ਰਾਤ ਦੇ ਬ੍ਰਾਹਮਣਾ ਪੰਡਿਆਰੀ ਵਿੱਚ ਪਾਈਆਂ ਮਿੱਤਰਾ ਸਾਡੇ ਕੋਲ ਕੁੱਲ ਮਠਿਆਈਆਂ ਮਿੱਤਰਾ ਸਾਡੇ ਕੋਲ ਕੁੱਲ ਮਠਿਆਈਆਂ ਮਿੱਤਰਾ ਚੱਲ ਸਾਡੇ ਪੈਜਾ ਰਾਤ ਦੇ ਬ੍ਰਾਹਮਣਾ ਚੱਲ ਸਾਡੇ ਪੈਜਾ ਰਾਤ ਦੇ ਬ੍ਰਾਹਮਣਾ ਸਾਡੇ ਪੈਜਾ ਰਾਤ ਦੇ ਬ੍ਰਾਹਮਣਾ ਤੂੰ ਬਣੇਗਾ ਸਾਡਾ ਗੁਰੂ ਭਾਈ ਹੈ ਕੁੜੀ ਪੈਗੀ ਤੇਰੇ ਨਾਮ ਤਿਰਤਾਈ ਹੈ ਅਕਬਰ ਸਿੰਘਾ ਕਿਲੇ ਪਰ ਚਮਣਾ ਚੱਲ ਸਾਡੇ ਪੈਜਾ ਰਾਤ ਦੇ ਬ੍ਰਾਹਮਣਾ ਤੇਰੇ ਨਾਲ ਬਹੁਤ ਪੁਰਾਣੀਆਂ ਮੁਹੱਬਤਾਂ ਪਰ ਸਾਡੇ ਨਾਲ ਬੈਠ ਕੇ ਤੇ ਖਾਣਾ ਖਾਣਾ ਚੱਲ ਸਾਡੇ ਬਹਿ ਜਾ ਰਾਸੇ ਬਣਾਉਣਾ ਅਸੀਂ ਘਰੇ ਆਪਦੇ ਖੁਰਾਕਾਂ ਖਾਂਦੇ ਹਾਂ ਭਾਈ ਗੁਰਾਂ ਕੋਲੋਂ ਅਸੀਂ ਵੀ ਪੜ੍ਹਨੇ ਉਸੇ ਪੜ੍ਹ ਕੋਲੋਂ ਅਸੀਂ ਪੜ੍ਹ ਜਾਂਦੇ ਕਹਿੰਦੀ ਸਾਡੇ ਨਾਲ ਸਾਨੂੰ ਵੀ ਪੜ੍ਹਾਉਣਾ ਸਾਨੂੰ ਪੜਾਇਆ ਕਰੀ ਰਾਹ ਦੀ ਪੰਡਿਆਰੀ ਵਿੱਚ ਪਾਈਆਂ ਮਿੱਤਰਾ ਸਾਡੇ ਕੋਲੇ ਕੁੱਲ ਮਠਿਆਈਆਂ ਮਿੱਤਰਾ ਲੱਡੂ ਵੇਲੇ ਖਾਈ ਤੂੰ ਗੁਲਾਬ ਜਾਮਣਾ ਚੱਲ ਸਾਡੇ ਬਹਿ ਜਾ ਰਾਸੇ ਬ੍ਰਾਹਮਣਾ ਤੇਰੇ ਨਾਲ ਮਿੱਤਰਤਾ ਹੀ ਹੈ ਤੂੰ ਗੁਰ ਭਾਈ ਵੀ ਲੱਗਦਾ ਦੋ ਤੇਰੇ ਨਾਲ ਸਕੀਆਂ ਪੈ ਗਈਆਂ ਗੁਰ ਭਾਈ ਜਾਣੀ ਵੀ ਸਕੀਰੀ ਤੇ ਇੱਕ ਤੂੰ ਹਮਾਰਾ ਮਿੱਤਰ ਹੋ ਚੁੱਕਿਆ ਚੱਲ ਸਾਡੇ ਰਾਜੇ ਉੱਤੇ ਬੈਠ ਸੁਦਾਮਾ ਕਹਿੰਦਾ ਨਾਲ
ਮੈਂ ਤੋਂ ਇੱਕ ਛੋਟਾ ਗੀਤ ਹੂੰ ਅਲਬਤਨ ਤੂੰ ਸਰਬੱਤ ਹੈ ਤੁਮਾਰੇ ਸਾਥ ਬਹਿਣੇ ਕਰਕੇ ਖਰੋ ਮੈਂ ਤਾਂ ਗਾਇ ਦੂੰਗਾ ਪਰ ਤੁਹਾਰੀ ਸ਼ਾਨ ਘੱਟ ਜਾਏਗੀ ਤੁਹਾਰੇ ਕੰਨਾਂ ਚ ਕੁੰਡਲਾ ਜਿਹੜੇ ਚਰਕਾਰੇ ਪਾਉਂਦੇ ਮੱਲਾ ਕਿਰਤਾ ਮੋਰ ਮੁਕਤ ਤੁਹਾਰੇ ਸਿਰ ਦੇ ਉੱਤੇ ਧਰਿਆ ਹੋਇਆ ਹੈ ਮੈਂ ਤਾਂ ਗਰੀਬ ਬ੍ਰਾਹਮਣ ਨੰਗੇ ਹਮਾਰੇ ਪੈਰ ਉਹ ਲਿਬੜੇ ਹੋਏ ਇੱਕ ਅਲਫੀ ਹਮਾਰੇ ਤੇਲ ਹੈ ਅੰਗੋਟ ਹੈ ਮੈਂ ਤੁਹਾਰੇ ਸਾਥ ਬੈਠਾ ਤੁਹਾਰੇ ਰਾਤੀ ਸ਼ਾਨ ਮਾਰ ਦੂੰ ਮੈਂ ਨੀ ਮਾਰਾ ਕਹਿੰਦਾ ਤੁਸੀਂ ਚਲੋ ਮੈਂ ਤੁਹਾਰੇ ਮਗਰਾ ਉਹ ਨਹੀਂ ਬ੍ਰਾਹਮਣਾ ਤੂੰ ਤਾਂ ਸਾਡੇ ਰਾਤੀ ਐਸੀ ਸ਼ਾਨ ਬਣਾ ਦੇਗਾ ਜੈਸੇ ਇੰਦਰ ਦੇ ਸਾਥ ਬ੍ਰਹਿਸਪਤੀ ਬਹਿੰਦਾ ਹੈ ਮਹਾਰਾਜ ਬ੍ਰਹਿਸਪਤੀ ਬਹਿੰਦਾ ਉਹ ਬ੍ਰਹਿਸਪਤੀ ਬਲ ਚੜ ਕੇ ਬਹਿੰਦਾ ਉਹ ਇੰਦਰ ਦੇ ਸਾਥ ਮੈਂ ਤਾਂ ਬਹਿਣ ਦੀ ਯੋਗ ਨਹੀਂ ਮਹਾਰਾਜ ਕਾਹਦੀ ਯਾਰੀ ਆ ਅਲੱਥ ਦੀ ਸ਼ਾਨ ਮਾਰੀ ਜਾਊਗੀ ਤੁਮਾਰੇ ਰੱਥ ਦੀ ਕਪਲਾ ਗੋਵਾਂ ਨਾਥਾਂ ਦਾ ਮੇਲ ਮੱਝ ਦਾ ਰਾਜੇ ਸੰਗ ਬੈਠਾ ਨੀ ਕਰਨਾਲ ਸੱਜ ਦਾ ਕਪਲਾ ਗੋਵਾਂ ਨਾ ਮਾਰਾ ਕਦੇ ਮੈਂ ਦਾ ਮੇਲ ਹੋਇਆ ਉਹਨਾਂ ਦਾ ਤਾਂ ਦੁੱਧ ਨੀ ਸਿਉਂਦਾ ਘਿਓ ਨੀ ਸਿਉਂਦਾ ਯੱਕ ਹੁੰਦੇ ਆ ਤੇ ਮੈਂ ਦਾ ਤਾਂ ਖਾਰ ਮਾਰਾ ਛੱਪੜ ਪੈ ਕੇ ਦਸਾਂ ਨੂੰ ਹੋਰ ਲਵੇੜਦੀ ਕਪਲਾ ਗੋਵਾਂ ਨਾਥਾਂ ਦਾ ਮੇਲ ਮੱਝ ਦਾ ਰਾਜੇ ਸੰਗ ਬੈਠਾ ਨੀ ਕਰਨਾਲ ਸੱਜ ਦਾ ਇੰਨੀ ਦੇਰ ਮੇਰੀ ਲੱਗ ਕੇ ਕਰਨ ਖਿੱਚਲ ਹੈ ਮੇਰਾ ਕੋਈ ਜਾਗਿਆ ਕਰੋ ਪਿਛਲਾ ਭਾਗਸ਼ਾਲੀ ਸਮਾਂ ਕੋਈ ਆ ਗਿਆ ਜਿਹੜੀ ਮਹਾਰਾਜ ਤੁਸੀਂ ਤ੍ਰਿਲੋਕੀ ਨਾਥ ਐਡੀ ਮੇਰੀ ਖਿੱਚ ਕਰਦੇ ਹੋ ਮੇਰਾ ਕੋਈ ਪਿਛਲਾ ਸਮਾਂ ਜਾਗਿਆ ਹੈ ਭਾਗਸ਼ਾਲੀ ਸਮਾਂ ਕੋਈ ਆ ਗਿਆ ਅੱਜ ਦਾ ਰਾਜੇ ਸੰਗ ਬੈਠਾ ਨੀ ਕੰਗਾਲ ਸੱਜ ਦਾ ਕਰਕੇ ਗੁਜ਼ਾਰ ਪੂਰੀ ਹੋ ਗਈ ਵਾਸ਼ਨਾ ਮੈਂ ਜਪੂੰਗਾ ਤੁਹਾਰਾ ਨਾਮ ਸਾਸ ਸਾਸ ਦਾ ਫਿਰੇ ਸੀਸ ਕਾਲ ਦਾ ਨਗਾਰਾ ਵੱਜਦਾ ਕਿੱਥੇ ਸੁਧਾ ਮਾਇਆ ਮਹਾਰਾਜ ਮੈਂ ਤਾਂ ਤੁਹਾਰਾ ਭਾਜਣਾ ਸਵਾਸ ਵਾਸਤੇ ਕਰੂੰ ਸਵਾਸ ਵਾਸਤੇ ਕਰਨਾ ਹੈ ਤੇ ਕਾਲ ਦਾ ਨਗਾਰਾ ਉਹਦਾ ਖੜਕਦਾ ਫਿਰਦਾ ਸਿਰ ਤੇ ਇਹਨੇ ਤਾਂ ਛੱਡਣਾ ਨਹੀਂ ਕਰ ਦੂੰਗੀ ਰੋਗੀ ਤੈਨੂੰ ਆਸ਼ਾ ਪੇਛਣਾ ਪਾਈ ਬੈਠਾ ਪੂਰਾ ਜਾ ਪਿਆਰ ਜਿਸਨਾ ਰੋਟੀਆਂ ਬਿਮਾਰੀਆਂ ਦੇ ਲੋਕ ਤਰਜਦਾ ਮਾਰਨੀਆਂ ਦੇ ਆਸ਼ਾ ਤ੍ਰਿਸ਼ਨਾ ਖੋਟੀਆਂ ਬਿਮਾਰੀਆਂ ਦੇ ਲੋਕ ਤਰਜਦਾ ਰਾਜੇ ਸਮੇਂ ਬੈਠਾ ਨਹੀਂ ਕੰਗਾਲ ਸੱਜਦਾ ਵੜਦਿਆਂ ਹੈ ਵਿੱਚ ਚੰਦਰੀ ਲਗਨ ਦੇ ਕਾਂਝੇ ਵਿੱਚ ਸੜੇ ਵੇਸ਼ਿਆਂ ਦੀ ਅਗਨ ਦੇ ਉਹਨਾਂ ਬਦਨਾਮ ਕੰਮ ਕਰ ਚੱਜਦਾ ਮਨੁੱਖ ਜਨਮ ਲੈ ਕੇ ਆਇਆ ਵਿਸ਼ੇ ਵਿਕਾਰ ਦੇ ਸ਼ੋਰ ਦੇ ਤੁਹਾਰੇ ਸਾਥ ਨਹੀਂ ਜਾਂਦੇ ਤੁਹਾਰੇ ਸਰੀਰ ਨੂੰ ਗਾਲ ਦੇਣਗੇ ਤੁਰਿਆ ਸੀ ਲੈ ਕੇ ਚੰਗੇ ਜੇ ਨਫ਼ਰ ਮੈਂ ਰਸਤੇ ਦਾ ਕਾਫ਼ੀ ਕਰਿਆ ਸਫ਼ਰ ਮੈਂ ਅੱਜ ਫਲ ਮਿਲ ਗਿਆ ਮੱਕੇ ਦੇ ਹੱਜ ਦਾ ਰਾਜੇ ਸੰਗ ਬੈਠਾ ਨੀ ਕੰਗਾਲ ਸੱਜਦਾ ਹੱਥ ਜੋੜ ਕਰਦਾ ਸਧਾਮਾ ਬੰਦਨਾ ਰਸ ਉੱਤੇ ਬਹਿ ਜਾ ਬੇਨਤੀ ਦਾ ਨੰਦਨਾ ਤੈਨੂੰ ਹੈ ਫਿਕਰ ਭਗਤਾਂ ਦੀ ਲੱਗਦਾ ਮਹਾਰਾਜ ਤੁਸੀਂ ਆਪਦੇ ਰਸਤੇ ਬਹਿ ਗਏ ਮੈਂ ਹੌਲੀ ਹੌਲੀ ਆਪੇ ਤੁਰ ਕੇ ਆ ਜਾਊਂ ਨਹੀਂ ਸਧਾਮਾ ਤੂੰ ਹਮਾਰੇ ਰਸਤੇ ਉੱਤੇ ਬੈਠ ਤੈਨੂੰ ਬ੍ਰਾਹਮਣ ਤੈਨੂੰ ਮਿੱਤਰ ਕਹਿ ਬੈਠਣ ਤੈਨੂੰ ਕਿਵੇਂ ਛੱਡ ਗਈ ਨਹੀਂ ਲਿਜਾਵਾਂਗੇ ਤਾਂ ਤੁਸੀਂ ਬੈਠੋ ਮੱਲੋ ਮੱਲੀ ਭਗਵਾਨ ਬਾਹਰ ਫੜ ਕੇ ਰਸਤੇ ਉੱਤੇ ਬਵਾ ਲੈਂਦੇ ਹੈ ਤੇ ਤਿੰਨੇ ਜਾਂਦੇ ਪੜ੍ਹਨੇ ਅਜਾਇਣ ਨਗਰੀ ਅਜਾਇਣ ਦਾ ਕੁੰਭ ਹੁੰਦਾ ਨਾ ਉੱਥੇ ਉਸ ਪਰਬ ਦੀ ਪਾਠਸ਼ਾਲਾ ਸੀ ਸੰਧੀ ਪਰਬ ਦੀ ਬੜਾ ਵਿਦਵਾਨ ਸੀ ਉਸ ਨਗਰੀ ਨੂੰ ਸੁਦਾਮਾ ਬਲਭਦਰ ਜੀ ਦਾਰਕ ਸਾਰਥੀ ਕ੍ਰਿਸ਼ਨ ਉਧਰ ਨੂੰ ਜਾ ਰਹੇ ਆ ਤੇ ਨਗਰੀ ਦੇ ਵਿੱਚ ਪਹੁੰਚਦੇ ਆ ਦੇਖਾਂ ਭਲਾ ਕੈਸੇ ਮੈਂ ਸਵਾਮੀ ਅਲਬਗ ਹੈ ਤੂੰ ਸਵਾਮੀ ਸਰਬਗ ਹੈ
ਪੰਡੈ ਤੇ ਸੁੱਕਿਆ ਜਾਵੇ। ਕਲ ਲਾਲ ਪਾਟੀ ਹੋਈ ਪਗਰੀ, ਤਿੰਨੇ ਜਾਂਦੇ ਪਾੜਨੇ ਉਹ ਜੈਨ ਨਗਰੀ। ਉਹ ਚੜ ਗਿਆ ਹਨੇਰੀ ਰਾਤ ਵਿੱਚ ਪਾਨ ਤੋਂ, ਬਹਿ ਕੇ ਸਾਡੇ ਰਥ ਦੀ ਬਾਲਾ ਦੀ ਸ਼ਾਨ ਤੋਂ। ਸਾਡੀ ਭਗਤੀ ਚ ਨੱਚਦੇ ਪਰੇ ਮਨਾ, ਤੇਰੇ ਚਲ ਪੇਟ ਕੇ ਖੁਸ਼ੀ ਦੀ ਗਗਰੀ, ਤਿੰਨੇ ਜਾਂਦੇ ਪਾਲਨੇ ਵਾ ਜੈਨ ਨਗਰੀ। ਹੈ ਮਟਿਆਰਾ ਦੇ ਖੂਹੀਆਂ ਮੂਰੇ ਕੱਠ ਬੱਜੇ ਨਾ ਪੰਡਿਆਰਾ ਦੇ। ਰਸ ਤੇ ਜਬਾਰੀ ਆਉਂਦੀ ਗਗਰੀ, ਦਿੱਲੇ ਜਾਂਦੇ ਪਾੜਨੇ ਜੈਨ ਨਗਰੀ। ਉਹ ਕਾਫੀ ਹੈ ਸਬਰ ਭਾਈ ਨੇੜੇ ਤੇਰੇ ਨਾ, 12 ਸਾਲ ਪਿੱਛੋਂ ਕੁੰਭ ਆਉਂਦਾ ਜਿਹੜੇ ਨਾ। ਤੀਰ ਸਪਰਾਣਾ ਪਾਸੇ ਗੰਗਾ ਪਗਰੀ, ਦਿੱਲੇ ਜਾਂਦੇ ਪਾੜਨੇ ਜੈਨ ਨਗਰੀ। ਕਰਮ ਪਿਛਲੇ ਕਰਮ ਦਾ ਚੱਕਰ 84 ਚ ਫੇਰੇ ਭਰਮ ਦਾ, ਮਾਰੀ ਫੇਰੇ ਦੁੱਖਾਂ ਦੀ ਮਗਰ ਮਗਰੀ, ਦਿੱਲੇ ਜਾਂਦੇ ਪਾੜਨੇ ਜੈਨ ਨਗਰੀ। ਰਾਮ ਜਸ ਦਾ ਲੈ ਮਸਤਨ ਪਾਗਿਆ, ਐਵੇਂ ਫਿਰੇ ਮਾਇਆ ਦੇ ਮਗਰ ਲੱਗਿਆ। ਮਾਇਆ ਹੈ ਬੇਅੰਤ ਪਾਇਆ ਜਾਵੇ ਵੇਮ ਨਾ, ਸਾਡੀ ਭਗਤੀ ਚ ਨੱਚਦਾ ਪ੍ਰੇਮ ਨਾ, ਅਵਨੀ ਕਹਿ ਜਾਂਦਾ। ਤੇਲ ਚ ਲਪੇਟ ਕੇ ਖੁਸ਼ੀ ਦੀ ਘਗਰੀ, ਤਿੰਨੇ ਜਾਂਦੇ ਪੜਨੇ ਅਜੈਨ ਨਗਰੀ। ਚੜ ਗਿਆ ਹਨੇਰੀ ਰਾਤ ਵਿੱਚ ਪਾਨ ਤੂੰ, ਬਹਿ ਕੇ ਸਾਡੇ ਰਾਤ ਦੀ ਬਣਾ ਦੀ ਸ਼ਾਨ ਤੂੰ ਸੁਣਾਵਾਂ। ਸਾਡੇ ਤਾਂ ਰਾਤ ਦੀ ਤੂੰ ਸ਼ਾਨ ਹੀ ਬਣਾ ਦੀ, ਜੈਸੇ ਹਨੇਰੀ ਰਾਤ ਨੂੰ ਚੰਦਰਮਾ ਚੜ ਜਾਂਦਾ, ਫਿਰ ਬ੍ਰਾਹਮਣ ਹੈ ਪੂਜਣ ਦੇ ਯੋਗ ਹੈ, ਸਾਡਾ ਯਾਦ ਆਪਦੀ ਸ਼ਾਨ ਹੀ ਬਣਾ ਦੀ ਤੂੰ। ਕਾਫੀ ਹੈ ਸਫ਼ਰ ਭਾਈ ਨੇੜੇ ਤੇਰੇ ਨਾਲ, 12 ਸਾਲ ਪਿੱਛੋਂ ਕੁੰਭ ਆਉਂਦਾ ਗੇੜੇ, 12 ਸਾਲ ਪਿੱਛੋਂ ਹੀ ਅਜੈਨ ਦਾ ਕੁੰਭ ਆਉਂਦਾ, 12 ਸਾਲ ਮਤਲਬ ਪ੍ਰਾਗਰਾਜ ਦਾ ਚੱਕਰ 84 ਚ ਫਿਰੇ ਭਰਮ ਦਾ, ਭੋਗਦਾ ਕਰਮ ਪਿਛਲੇ ਕਰਮ ਦਾ, ਨਿਕਲੋ ਬਾਹਰ ਜਿਹੜਾ ਖਾ ਗਿਆ ਠਗਰੀ। ਬਸ 84 ਦਾ ਜਿਹੜਾ ਚੱਕਰ ਹੈ, ਜੰਮ ਪਿਆ ਮਰ ਪਿਆ ਲੈ ਲਿਆ ਕਿਸੇ ਤੋਂ ਦੇਣਾ ਕਿਸੇ ਦਾ, ਆ ਪੁੱਤਰ ਹੋ ਗਿਆ ਕਿਤੇ ਉਹਦਾ ਪਿਓ ਹੋ ਗਿਆ, ਕਿਤੇ ਪੁੱਤਰ ਹੋ ਗਿਆ ਕਿਤੇ, ਆ ਇਸੇ ਸਾਲ ਘਟੀ ਯੰਤਰ ਦੇ ਵਿੱਚ ਪਿਆ ਫਿਰਦਾ। ਨਿਕਲੂ ਬਾਹਰ ਜਿਹੜਾ ਖਾ ਗਿਆ ਠਗਰੀ, ਠੋਕਰ ਕਿਸੇ ਮਹਾਤਮਾ ਦੀ ਖਾ ਗਿਆ ਵੀ ਹੁਣ ਉਹਦਾ ਭੁੱਲਿਆ ਫਿਰਦਾ, ਉਹ ਨਿਕਲੂ ਨਹੀਂ। ਇਸੇ ਤਰ੍ਹਾਂ ਹੀ 84 ਲੱਖ ਦਾ ਚੱਕਰ ਕਿਤੇ ਆ ਗਿਆ, ਕਿਤੇ ਉੱਡ ਗਿਆ, ਕਿਤੇ ਕੁਛ ਬਣ ਗਿਆ, ਕਿਤੇ ਕੁਛ ਬਣ ਗਿਆ। ਸੁਦਾਮਾ ਬਲਭਦਰ ਜੀ ਕ੍ਰਿਸ਼ਨ ਉਹ ਪੰਡਿਤ ਦੇ ਘਰੇ ਪਹੁੰਚਦੇ, ਪੁੱਛ ਕੇ ਪਾਠਸ਼ਾਲਾ ਚੋਂ ਲੱਕੇ ਅਜੇ ਜਾਂਦੇ ਸੀ ਪੰਡਿਤ ਦਾ, ਜੇ ਆਪਦੇ ਘਰੇ ਇਸ਼ਨਾਨ ਕਰਕੇ ਬਾਕੀ ਸੰਧਿਆ ਤਰਪਣ ਕਰਦੇ ਆਰਾਮ। ਉਸਦੇ ਜਿਹੜੇ ਫਿਰ ਉਹ ਪੜ੍ਹਾਉਣ ਜਾਂਦੇ ਬ੍ਰਾਹਮਣ ਦੇ ਵਾਸਤੇ, ਪਹਿਲੇ ਤੜਕੇ ਪੜਾਦਾ ਨਾਲ ਭਜਨ ਵੀ ਲਿਖਿਆ ਨਾ, ਕਰਮ ਕਾਂਡ ਲਿਖਿਆ, ਵਿਦਿਆ ਪੜ੍ਹਨੀ ਔਰ ਪੜਾਉਣੀ, ਦਾਨ ਦੇਣਾ ਔਰ ਲੈਣਾ। ਜੇ ਗੀਤਾ ਮੈਂ 6 ਕਰਮ ਬ੍ਰਾਹਮਣ ਦੇ ਦੱਸੇ ਆ, ਛੱਤੀ ਦਾ ਕਰਮ ਹੈ ਦਾਨ ਦੇਣਾ ਔਰ ਲੈਣਾ, ਲੈਣਾ ਨਹੀਂ, ਵਿਦਿਆ ਪੜ੍ਹਨੀ ਕਿਸੇ ਨੂੰ ਨਹੀਂ ਪੜਾਉਣੀ, ਯੱਗ ਕਰਨਾ
ਆਪ ਕਿਹਨੂੰ ਆ ਕੇ ਪਵਾਂ? ਇਹ ਠੀਕ ਗੱਲ ਸਿੱਖੀ ਦੇ ਬੈਠ ਦਾ ਕਰਨਾ ਬਣ ਕੇ ਵਪਾਰ ਕਰਨਾ। ਜਿਹੜਾ ਸ਼ੂਦਰ ਹੈ ਉਹਦਾ ਕਰਨ ਲਿਖਿਆ ਵੀ ਇਹ ਚੌਂ ਤਿੰਨਾਂ ਵਾਲਾਂ ਦੀ ਸੇਵਾ ਕਰੇ, ਉਸਦੀ ਮੁਕਤੀ ਫਿਰ ਹੋਏ। ਤਾਂ ਦੇਖੇ ਗੁਰੂ ਖੜੇ ਜਾ ਕੇ ਤਿੰਨਾਂ ਨੇ ਚਰਨ ਫੜੇ, ਦੋਹਾਂ ਗੋਰੇ ਰੰਗ ਦੇ ਬਾਅਦ ਇੱਕ ਸ਼ਾਮ ਹੈ। ਸਾਸੀ ਸਨਾਮ ਦਾ ਪੁੱਤਰ ਵਿਸ਼ਦੇਵ ਦੇ ਨਾਲ ਉਹਦਾ ਬਲ ਪੱਤਰ ਕ੍ਰਿਸ਼ਨ ਦਾ ਨਾਮ ਹੈ। ਇਹਦਾ ਨਾਂ ਸਦਾਮਾ ਹੈ, ਇਹ ਲੜਕਾ ਬ੍ਰਾਹਮਣਾਂ ਦਾ ਵਿਦਿਆ ਪ੍ਰਭ ਸਵਾਮੀ ਆਇਆ ਤੇਰੇ ਧਾਮ ਹੈ। ਜਾਪਿਆ ਸਿੰਧੀਪਨ ਜਦੋਂ ਦੇਖਿਆ ਕ੍ਰਿਸ਼ਨ ਰੂਪ, ਇਹ ਤਾਂ ਤਰਲੋਕੀ ਨਾਸ ਕੀ ਸੀ ਪ੍ਰਣਾਮ। ਸਾਰਥੀ ਨੇ ਦੱਸਿਆ ਕਿ ਮਹਾਰਾਜ ਉਹ ਤਾਂ ਬਲਪੱਤਰ ਜੀ ਨੇ, ਇਹਦਾ ਨਾਮ ਕ੍ਰਿਸ਼ਨ ਹੈ, ਇਹਦਾ ਨਾਮ ਸੁਧਾਮਾ ਹੈ, ਬ੍ਰਾਹਮਣਾਂ ਦਾ ਲੜਕਾ, ਇਹ ਵੀ ਮਾਰਾ ਤੁਹਾਰੇ ਪਾਸ ਪੜ੍ਹਨਾ। ਜਾਪਿਆ ਸਿੰਧੀਪਨ ਜਦੋਂ ਦੇਖਿਆ ਕ੍ਰਿਸ਼ਨ ਰੂਪ, ਜਦੋਂ ਕ੍ਰਿਸ਼ਨ ਨੂੰ ਨਹੀਂ ਜਾਪਿਆ ਉਹ ਸਿੰਧੀਪਨ ਪੜ੍ਹਨਾ, ਇਹ ਤਾਂ ਤਰਲੋਕੀ ਨਾਸ ਕੀ ਸੀ ਪ੍ਰਣਾਮ। ਐਸੀ ਤੇਜੀ ਕਿਸੇ ਨੇ ਨਹੀਂ ਆ ਸਕਦੀ। ਤਾਂ ਫਿਰ ਉਹਨੇ ਸੋਚਿਆ ਮੇਰੇ ਗੁਰਦੇਵ ਚਲੇ ਗਏ ਸੀ ਕਰਨ ਸਾਹਿਬ, ਪਿੱਛੋਂ ਪਾਠਸ਼ਾਲਾ ਰਿਹਾ ਉਹਨਾਂ ਦੀ ਸੰਭਾਲ ਦਾ, ਬੱਦਰੀ ਨਾਰਾਇਣ ਜਾ ਕੇ ਰਹਿ ਪਏ ਸੀ ਜਗਨਨਾਥ, ਤੀਰਥਾਂ ਦੇ ਉੱਤੇ ਮੈਂ ਬਹੁਤ ਰਿਹਾ ਭਾਲਦਾ, ਕਾਫੀ ਚਿਰ ਮਾਰੂ ਆ ਗਿਆ ਮੁੜ ਕੇ ਇਸ਼ਕ ਮੇਰਾ, ਲੜ ਕੇ ਪੜ੍ਹਨ ਕੰਮ ਚੱਲੇ ਉਸੇ ਚਾਲ ਦਾ, ਖੁਸ਼ ਹੋ ਕੇ ਉਹਨੇ ਮੈਨੂੰ ਦਿੱਤਾ ਸੀ ਆਸ਼ੀਰਵਾਦ, ਹੋਊਗਾ ਦਰਸ਼ ਤੈਨੂੰ ਤੀਨ ਲੋਕ ਪਾਲਦਾ। ਫਿਰ ਉਸ ਸੰਧੀਪਨ ਗਿਆ, ਮੇਰੇ ਗੁਰੂ ਨੇ ਇੱਕ ਮੈਨੂੰ ਸੀਸ ਦਿੱਤੀ ਸੀ, ਮੇਰੇ ਨਾਲ ਰੁੱਸ ਕੇ ਉਹ ਪਾਠਸ਼ਾਲਾ ਤੋਂ ਚਲਿਆ ਗਿਆ, ਮੈਂ ਉਹਨੂੰ ਬੜਾ ਭਾਲਿਆ, ਬੱਦੀ ਨਾਰਾਇਣ ਜਗਨਨਾਥ ਅਵੰਤ ਕਾਪਨੀ ਸੰਧੀ ਪਰ ਬੜਾ ਖੁਸ਼ ਹੈ, ਪਰ ਜਾ ਤੈਨੂੰ ਤਰਲੋਕੀ ਨਾਥ ਦੇ ਦਰਸ਼ਨ ਹੋਣ। ਇਹ ਸੀਸ ਦੇਤੀ, ਉਹ ਸੀਸ ਸੀ ਜਿਹੜੀ ਉਹ ਮੈਨੂੰ ਅੱਜ ਆ ਪਈ, ਇਹ ਤਰਲੋਕੀ ਨਾਥ ਹੈ ਜਿਹੜੇ ਕ੍ਰਿਸ਼ਨ ਹੈ ਤੇ ਇਹ ਮੇਰੇ ਦੁਆਰੇ ਉੱਤੇ ਆਏ, ਮੈਨੂੰ ਦਰਸ਼ਨ ਹੋ ਗਿਆ। ਧੋਏ ਦੀਨੀ ਚਰਨਾਂ ਭਗਵਾਨ ਨੇ ਰਾਮ ਦੇ ਚਰਨਾਂ ਦੀ ਚਰਨਾਂਤ ਲਈ, ਗਵਾਲ ਬਾਲ ਸਭ ਬੈਠੇ ਪਾਸੇ, ਸਭ ਨੂੰ ਦੀਨੇ ਫੁੱਲ ਪਤਾਸੇ, ਇਸ ਬਣਾਉਣ ਦਾ ਨਹੀਂ ਵੇਦਾਂਤ ਲਿਖਿਆ ਗੌਰਾ ਸੁਤਕਾ ਮੰਤਰ। ਗੌਰਾ ਸੁਤਕਾ ਮੰਤਰ ਨੂੰ ਮੈਨੂੰ ਗੁਰੂ ਦਾ ਗਜਾਨ ਰੁਦਗਣਾ ਦੀ ਸੇਵਤ ਸੇਵਾ ਕਰੇ, ਕਪਿਥ ਜੰਬੂ ਫਲ ਚਾਰ ਪਛਮ, ਕਪਿਥ ਜੰਬੂ ਜਾਮ ਦੇ ਫਲ ਦੇ ਹਾਸੀ ਖਾ ਕੇ ਬੜਾ ਬਿਗੜ ਦਾ ਉਮਾ ਸੁਤਾਂ ਨੂੰ। ਉਮਾ ਨਾਮ ਪਾਰਵਤੀ ਦਾ, ਸੁਖਮਾ ਨਹੀਂ ਲੜਦਾ, ਪਾਰਵਤੀ ਦੇ ਲੜਕੇ ਆ ਗਣੇਸ਼ ਜੀ। ਉਮਾ ਸੁਤਮ ਸ਼ੋਕ ਫਿਰਾਸਕਾਰ, ਸ਼ੋਕਾਂ ਤੋਂ ਦੂਰ ਕਰ ਦਿੰਦੇ, ਨਮਾਮੀ ਵਿਘਨੇ ਸੁਰਪਾਤ ਪਾਤ ਦੀਆਂ, ਮੇਰੀ ਨਮਸਕਾਰ ਹੈ, ਮੇਰੇ ਵਿਘਨ ਨੂੰ ਦੂਰ ਕਰ ਦੇ, ਮੈਂ ਉਹਦੇ ਚਰਨਾਂ ਦਾ ਸੇਵਨ ਕਰਦਾ। ਤਾਂ ਹੋ ਪੰਡਿਤ ਜੀ, ਇਸ ਬਣਾਉਂਦਾ ਨਹੀਂ ਵੇਦਾਂਤਰ ਲਿਖਿਆ ਗੌਰਾ ਸੁਤਕਾ ਮੰਤਰ, ਵਾਕ ਨਟੀ ਕੀ ਪੂਜਾ ਕੀਤੀ, ਇਹਨ ਲੜਕਿਆਂ ਕੋ ਵਿਦਿਆ ਦੇਣੀ।
ਵਾਰਨਾ ਕੀ ਸਰਸਵਤੀ ਕੀ ਪੂਜਾ ਕਰੀ, ਜੋ ਵਿਦਿਆ ਦੀ ਦਾਸੀ ਹੈ ਬ੍ਰਹਮ ਸੁਤਾ ਤੇ ਗਵਾਲ ਬਾਲਨ ਪਰਮਤਾ ਸੇ ਵੰਡੇ, ਪਰ ਭਗਵਾਨ ਨੂੰ ਪੰਡਿਤ ਕਹਿੰਦਾ ਮਹਾਰਾਜ ਮੈਂ ਕਿਆ ਪੜਾਵਾਂ, ਤੁਹਾਡੀ ਤਾਂ ਸ਼ਕਲ ਮੈਂ ਜਾਣੀ ਤੁਹਾਨੂੰ ਵੇਖੀ ਜਾਵਾਂ, ਤੁਸੀਂ ਤ੍ਰਿਲੋਕੀ ਨਾਥ ਹੈ, ਤੁਹਾਡੇ ਵਿਆਹ ਕਰਨ ਉਪਨਿਸ਼ਦਾਂ ਵੇਦ ਪ੍ਰਾਣ ਸਭ ਮਹਾਰਾਜ ਤੁਹਾਡੇ ਬਣਾਏ, ਜਿਤਨੇ ਜੀਵ ਹੈ ਤੁਹਾਰੇ ਬਣਾਏ, ਮੈਂ ਵੀ ਇੱਕ ਜੀਵ ਹੂੰ ਤੁਹਾਰੇ ਬਣਾਇਆ, ਮੈਂ ਤੈਨੂੰ ਕੈਸੇ ਬਣਾ ਸਕਦਾ ਹੈ। ਇੱਕ ਸੰਧੀ ਬਣ ਭਗਵਾਨ ਕ੍ਰਿਸ਼ਨ ਨੂੰ ਜਵਾਬ ਕਰਦਾ ਦੇਖਾਂ ਵਾਲਾ ਜਾਣ ਵਾਲੇ ਤੁਹਾਨੂੰ ਪੜਾਊ ਕੀ ਜੀਵ ਕੋਟੀ, ਸਾਰੀ ਦੁਨੀਆ ਨੂੰ ਤੁਸੀਂ ਪੜਾਉਣ ਵਾਲੇ ਅਸ਼ਟਅਧਿਆਈ, ਫਿਰ ਪ੍ਰਾਣ ਨੂੰ ਤੁਸੀਂ ਬਣਾਉਣ ਵਾਲੇ ਜਮਾਨ ਦੇ ਨੱਕ ਮੋੜੇ ਫੜ ਕੇ ਕੇਸਾਂ ਤੋਂ ਕੰਸ ਪਟਕਾਉਣ ਵਾਲੇ ਗੋਪੀਆਂ ਆਉਣ ਜਲਦੀ, ਐਸੀ ਮੋਰਲੀ ਮਦਰ ਬਜਾਉਣ ਵਾਲੇ ਤਵੇ ਜਾਏ ਸੋਰਾ ਸੁਤ ਨੂੰ ਰੂਪ ਧਾਰ ਸ਼ਾਮ ਵੇਦ ਦੀਆ ਤੋਂ ਲਗਾਉਣ ਵਾਲੇ ਤੱਤ ਪਾ ਕੇ ਚੱਲ ਭੂਤ ਕਰਿਆ ਸ਼ਕਤੀਆਂ ਲਵਦੀ ਨਾਲ ਬਲਾਉਣ ਵਾਲੇ ਅੰਗ ਵਿੱਚ ਕੁਪਾਰ ਦੇ ਸੈਨ ਕੀਤਾ ਨਾਭ ਕਮਲ ਸੇ ਵੀ ਦੀ ਬਣਾਉਣ ਵਾਲੇ ਮੰਗ ਬਾਜਾ ਲਰੀਆਂ ਮਸਤਰਮਾ ਖੇਡਾ ਮਿੱਟੀ ਦੇ ਜੀਵਾਂ ਦਾ ਪਾਉਣ ਵਾਲੇ ਜਿਹੜੇ ਚਰਨਾਂ ਸੇ ਤੁਰਦੇ ਹੈ ਉਹਨਾਂ ਨੂੰ ਕਿਹਾ ਜਾਂਦਾ ਚਾਰ ਆਚਾਰ, ਜਿਹੜੇ ਚਰਨਾਂ ਸੇ ਨਹੀਂ ਚੱਲ ਸਕਦੇ, ਬ੍ਰਿਸ਼ ਹੈ ਜਾਂ ਪਹਾੜ ਹੈ ਜਾਂ ਤਿਰਨ ਦੀਆਂ ਜਾਤੀਆਂ, ਇਹਨਾਂ ਦੇ ਚਰਨ ਹੈ ਅਪਜਾਉਂਦੇ, ਉਹ ਵੀ ਇਹਨਾਂ ਨੂੰ ਪੈਦਾ ਕਰਦੇ। ਚਾਰਾਂ ਚਰਨ ਨੂੰ ਤੁਸੀਂ ਅਪਜਾਉਣ ਵਾਲੇ ਵਿਆਕਰਨ ਉਪਨਿਸ਼ਦਾਂ ਅਸ਼ਟ ਅਧਿਆਈ ਵੇਦ ਪ੍ਰਾਣ ਤੁਸੀਂ ਬਣਾਉਣ ਵਾਲੇ, ਕਾਲੀ ਨਾਗ ਦੇ ਨੱਚ ਕੇ ਸੀਸ ਉੱਤੇ ਤੋੜਾ ਝਾੜ ਕੇ ਜੀਵ ਕਰਾਉਣ ਵਾਲੇ, ਭਗਵਾਨ ਨੇ ਕਾਲੀ ਦਾ ਖਿੱਚ ਲਿਆ ਮਨਸਰੀ ਪਾ ਕੇ, ਉਹਨੇ ਫਲ ਤਿਆਰ ਕਰ ਲਿਆ ਹੋਰ ਵੀ ਮੈਂ ਜੇ ਡੰਗ ਵਾਂਗ ਭਗਵਾਨ ਮਾਰ ਕੇ ਛਾਲ ਉੱਤੇ ਚੜ ਗਿਆ, ਨਾਲੇ ਬੰਸਰੀ ਵੀ ਆਉਂਦੇ ਨਾਲੇ ਲੱਤ ਕਰਦੇ ਹੈ, ਹਿੰਤਾ ਤੱਕ ਤਿੰਤਾ ਤੱਕ ਹਿੰਤਾ ਨਾਨਾ ਤਰ੍ਹਾਂ ਦੀਆਂ ਗੱਲਾਂ ਬੋਲਦੇ ਹੈ। ਕਿੰਕਣੀ ਬੋਲ ਜਿਤ ਠਨਨ ਠਨਨ, ਪੇਟ ਦੇ ਵਿੱਚ ਕਿੰਕੀ ਵਾਲੇ ਤਰਾਗੀ
ਉਹਦੇ ਚ ਮਣ ਕੇ ਪਾਏ। ਸੰਗੀਤਕਾਰ ਹੈ ਭਗਵਾਨ, ਮੁਰਲੀ ਵਜਾ ਰਹੇ, ਮੁਰਲੀ ਦੇ ਵਿੱਚ ਜੇ ਜੇ ਭਗਵਾਨ ਨੇ ਕੀ ਸੰਗੀਤ ਕੱਢਿਆ, ਜਿਹਦੇ ਚ ਬਣਿਆ ਕਿਸੇ ਕੋਲ ਸ਼ਾਮ ਵੇਦ ਗਾਇਆ। ਕਿੰਚਨੀ ਬੋਲ ਜਿਤ ਠਨਨ ਠਨਨ ਕਿੰਕਰੀ ਬਾਜਤ ਠਨਨ ਠਨਨ ਕਿੰਕਰੀ ਬਾਜਤ ਠਨਨ ਠਨਨ ਮੁਰਲੀ ਮਧਰ ਸੁਰ ਲੈਤ ਜਨਈਆ ਐਸੇ ਮੁਰਲੀ ਮਧਰ ਸੁਰ ਲੈਤ ਜਨਈਆ ਐਸੇ ਕਰੋ ਮੈਂ ਕੰਕਣ ਕਰੇ ਕਨਨਨ ਕਨਨਨ ਕੜੇ ਜਿਹੜੇ ਸਵਰਗ ਗਏ ਭਗਵਾਨ ਕੇ ਕੰਕਣ ਕਹਿੰਦੇ ਕੜਿਆ ਨੂੰ। ਕਰੋ ਮੈਂ ਕਰਮ ਦੇ ਅਰਥ ਕਰੋ ਮੈਂ ਕੰਕਣ ਕਰੇ ਕਨਨਨ ਕਨਨਨ ਕਿੰਕਰੀ ਬਾਜਤ ਠਨਨਨ ਠਨਨਨ ਮੁਟਕ ਮੁਟਕ ਪਬ ਤਰਤ ਤਰਤ ਐਸੇ ਮੁਟਕ ਮੁਟਕ ਪਬ ਤਰਤ ਤਰਤ ਐਸੇ ਲਲਕ ਲਲਕ ਫਿਰ ਸ਼ਬਦ ਕਹਿਤ ਮੁਖ ਚਾਂਜਰਵਾ ਬੋਲਤ ਛਨਨਨ ਛਨਨਨ ਕਿੰਕਰੀ ਬਾ ਜਤ ਠਨਨਨ ਠਨਨਨ ਲਚਕ ਲਚਕ ਲਚਕੋਰ ਰਿਹਾਲਕ ਲਚਕ ਲਚਕ ਲਚਕੋਰ ਰਿਹਾਲਕ ਰਸਨਾ ਕਹਿਤ ਫਿਰ ਤਨਨਨ ਤਨਨਨ ਕਿੰਕਰੀ ਬਾ ਜਤ ਠਨਨਨ ਠਨਨਨ ਕਿੰਕ ਭਗਵਾਨ ਸਰਦੀ ਛੇਜਾਂ ਨੂੰ ਤੇ ਲੈ ਕੇ ਮੁਰਲੀ ਚੜ ਗਈ। ਦੇਖੋ ਨਾਚ ਹੁੰਦਾ, ਮੁਰਲੀ ਵੱਜਦੀ ਆ, ਸੰਗੀਤ ਹੋ ਰਿਹਾ, ਰਾਗ ਬੋਲ ਰਹੇ ਨੇ। ਜਦੋਂ ਤੋੜਾ ਚਾੜਦੇ ਆ ਤਿੰਨੇ ਲੋਕਾਂ ਦਾ ਭਾਗ ਛਿੜਨ ਦੇ ਜੀਵ ਕੱਢਦੇ ਸਰਦੀ, ਫਿਰ ਦੂਸਰਾ ਫਲ ਧਾਰਨ ਕਰਦਾ ਕਾਲੀ ਦਾ, ਉਹਦੇ ਉੱਤੇ ਫਿਰ ਚੜ੍ਹਦੇ। ਨਵਾਂ ਰਾਗ, ਨਵੀਂ ਸਗਮ, ਨਵੇਂ ਤਾਲ, ਕਾਲੀ ਨਾਗ ਦੇ ਨੱਚ ਕੇ ਸੀਸ ਉੱਤੇ ਤੋੜਾ ਝਾੜ ਕੇ ਜੀਭ ਕਢਾਉਣ ਵਾਲੇ ਰਾਧਾ ਚਿਤਰਾ ਚੰਦਰਾ ਬਲੀ ਲਲਤਾ, ਇਹਨਾਂ ਚੌਹਾਂ ਨੂੰ ਨਾਚ ਸਿਖਾਉਣ ਵਾਲੇ ਬੰਸੀ ਬਣ ਕੇ ਗੋਪੀਆਂ ਆਉਣ ਚੱਲਦੀ, ਐਸੀ ਮੁਰਲੀ ਮਧੁਰ ਵਜਾਉਣ ਵਾਲੇ, ਜੈਸੇ ਰੀਤ ਸੰਗੀਤ ਦੇ ਵਿੱਚ ਚੰਦੀ ਸ਼ਾਮ ਵੇਦ ਦੀਆਂ ਧੁਨਾਂ ਗਾਉਣ ਵਾਲੇ। ਸ਼ਾਮ ਵੇਦ ਸੰਗੀਤ ਹੀ ਹੈ ਸਾਰਾ, ਜਿਹੜਾ ਯਜੁਰਵੇਦ ਹੈ ਉਹ ਆਇਤਕ ਦਾ ਹੈ, ਹਕੀਮੀ ਦਾ ਹੈ, ਜਿਹੜਾ ਰਿਗ ਹੈ ਉਹ ਕਰਮ ਕਾਂਡ ਦਾ, ਅਥਰਵ ਸਾਰੇ ਸੰਸਾਰ ਵਰਦਾ ਹੈ। ਸ਼ਾਮ ਵੇਦ ਦੀਆਂ ਧੁਨਾਂ ਗਾਉਣ ਵਾਲੇ ਪੰਜੇ ਤੱਤ ਪਾ ਕੇ ਕਲਪੂਤ ਕਰਿਆ, ਸ਼ਕਤੀ ਆਪ ਦੇ ਨਾਲ ਬੁਲਾਉਣ ਵਾਲੇ, ਪਹਿਲੇ ਤੋਂ ਸੱਚ ਪੰਜਾਂ ਤੱਤਾਂ ਦਾ ਬੁਲਾਇਆ ਬੋਲਿਆ ਨਹੀਂ, ਆਜ ਵੀ ਬੋਲਦੀ ਸ਼ਕਤੀ ਭਗਵਾਨ ਨੇ ਆਪ ਦੀ ਚੇਤ ਸ਼ਕਤੀ ਪਾਈ, ਫਿਰ ਇਹ ਬੋਲਿਆ, ਆਪ ਹੀ ਜੀਵ ਰਚਦੇ ਆਪ ਦੀ ਮਾਇਆ ਨਾਲ। ਜਾ ਕੇ ਕੁਰੂਕਸ਼ੇਤਰ ਮੈਂ ਸਵਰਾਜ ਸੁਣ, ਸਵਰਾਜ ਨਾਮ ਹੈ ਇੰਦਰ ਦਾ, ਉਹਦਾ ਸੁਰ ਕੌਣ ਆ ਰਿਹਾ। ਜਾ ਕੇ ਕੁਰੂਕਸ਼ੇਤਰ ਮੈਂ ਸਵਰਾਜ ਸੁਣ, ਰੂਪ ਧਾਰ ਬਰਾਤ ਮਨਾਉਣ ਵਾਲੇ, ਜੋਤੀ ਸਰਮੇ ਗੀਤਾ ਸੁਣਾਈ ਭਗਵਾਨ ਨੇ, ਤੇ ਵਿਰਾਟ ਨੂੰ ਗਿਆਰਵੇਂ ਅਧਿਆਇ ਵਿਖਾਇਆ ਕਿ ਯਾਰ ਕਿ ਤੂੰ ਇਹਨਾਂ ਨੂੰ ਮਾਰ ਨਹੀਂ ਸਕਦਾ, ਇੱਧਰ ਮੇਰੇ ਨਹੀਂ ਜਾ ਮੇਰੇ ਮਾਰੇ ਹੋਏ। ਜਾ ਕੇ ਵਿੱਚ ਕੁਪਾਰ ਦੇ ਸੈਨ ਕੀਤਾ, ਕੁਪਾਰ ਮਾਨੇ ਸਮੁੰਦਰ, ਜਾ ਕੇ ਵਿੱਚ ਕੁਪਾਰ ਦੇ ਸੈਨ ਕੀਤਾ, ਨਾਮ ਕਮਲ ਸੇ ਵਿਧੀ ਬਣਾਉਣ ਵਾਲੇ,
ਤਵਾਰੀ ਨਾਭੀ ਸੇ ਕਮਲਾ ਦੀ ਵੇਲ ਹੋਈ, ਫੁੱਲ ਲੱਗਿਆ ਉਹਦੇ ਵਿੱਚ ਵਰਨਾ ਪੈਦਾ ਕਰ ਰਿਹਾ। ਲਾਲ ਕਮਲ ਸੇ ਵਿਧੀ ਬਣਾਉਣ ਵਾਲੇ ਤੁਸੀਂ ਵਾਂਗ ਮਦਾਰੀਆਂ ਮਾਸਰਾ ਨਾਲ ਕਿਹੜਾ ਮਿੱਟੀ ਦੇ ਜੀਵਾਂ ਦਾ ਬਣਵਾ, ਇਸ ਤਰ੍ਹਾਂ ਮਦਾਰੀਆਂ ਦੀ ਤਰ੍ਹਾਂ ਜਿਹੜੇ ਜੀਵ ਹੈ ਇਹਨਾਂ ਦਾ ਖੇੜਾ ਪਾਉਣ ਵਾਸਤੇ, ਇਹਨਾਂ ਦੇ ਚਰਿੱਤ ਰਚਣ ਵਾਸਤੇ, ਸੰਸਾਰ ਦੀ ਲੀਲਾ ਵੇਖਣ ਵਾਸਤੇ ਤੁਸੀਂ ਬਣਾਏ ਹੈ। ਮੈਂ ਤੇ ਕੁਛ ਅਲਪੱਕ ਜੀਵ ਤੁਹਾਡਾ ਬਣਾਇਆ ਹੋਇਆ, ਮੈਂ ਮਹਾਰਾਜ ਤੁਹਾਨੂੰ ਕੈਸੇ ਬਣਾਉਂ? ਉਹ ਪੰਡਤ ਵਿਦਵਾਨ ਮਾਇਆ ਤੁਹਾਨੂੰ ਸਹੀ ਇੱਛਾ ਕਰਕੇ ਵੀ ਉਹ ਬੜਾ ਵਿਦਵਾਨ ਹੈ, ਵੇਦਾਂਤ ਚਾਰੀਆ ਹੈ, ਅਸੀਂ ਉਹਦੇ ਕੋਲ ਵਿਦਿਆ ਅਧਿਐਨ ਕਰਾਂਗੇ, ਉਹ ਤਾਂ ਸਾਡੀ ਸਿਫਤ ਕਰਨ ਲੱਗ ਗਿਆ, ਅਸੀਂ ਪੜ੍ਹਾਂਗੇ ਕੀ ਕਿਉਂਦੀਆਂ ਮਹਾਰਾਜ ਇਸ ਦਾ ਵਸਦੇ ਉਹਦੇ ਲੜਕੇ ਹੈ। ਉਹ ਮੇਰਾ ਬੜਾ ਵੱਡਾ ਬਰਮਤਰਾ, ਮੇਰਾ ਨਾਮ ਕ੍ਰਿਸ਼ਨ, ਸਾਨੂੰ ਪੜ੍ਹਨ ਮਿਲਿਆ ਹੈ। ਫਿਰ ਮਾਇਆ ਪਾ ਭਗਵਾਨ ਨੇ ਚੰਗਾ ਬੇਟਾ, ਵਿਦਿਆ ਤਾਂ ਹਮਾਰੇ ਪਾਸ ਇੰਨੀ ਹੈ, ਪਹਿਲਾਂ ਤਾਂ ਤੁਹਾਨੂੰ ਵਿਅੰਜਨ ਔਰ ਰਹੱਸ਼ ਦੱਸੇ ਜਾਣਗੇ, ਫਿਰ ਮਹਾਂਪਛ ਤਾਂ ਮੈਂ ਜਾਣਦਾ। ਆਪਣੇ ਪੰਡਿਤ ਕੇਸ਼ਵਾ ਨਾਥ ਸੀ ਪਹਿਲਾਂ ਕੇਸ਼ਵਾਨੰਦ ਤੋਂ, ਉਹ ਭਾਗਵਤੀ ਪੰਡਿਤ ਹੋ ਕੇ ਕਾਸ਼ੀ ਨੇ ਗਿਆ, ਉਹਨੇ 30 ਸਾਲ ਵਿਦਿਆ ਫਿਰ ਪੜ੍ਹੀ, ਬਿਰਧ ਹੋ ਗਿਆ, ਹਟ ਗਿਆ, ਬ੍ਰਾਹਮਣ ਬੈਠੇ ਕਿ ਮਹਾਰਾਜ ਜੇ ਤੁਸੀਂ ਪੜ੍ਹਨਾ ਹੈ ਤੁਹਾਨੂੰ 30 ਸਾਲ ਅਸੀਂ ਹੋਰ ਪੜ੍ਹਾ ਸਕਦੇ ਹਾਂ। ਉਹ ਆਦਾ ਮੈਂ ਭਾਗਵਤੀ ਪੰਡਿਤ ਸੰਸਕ੍ਰਿਤ ਦਾ ਹੋ ਕੇ ਵਿਆਕਰਨ ਇੱਧਰ ਹੋ ਗਿਆ ਤੁਹਾਡੇ ਮੁਲਕ ਦਾ। ਫਿਰ ਮੈਨੂੰ 30 ਸਾਲ ਮੈਂ ਬ੍ਰਾਹਮਣ ਨੇ ਫਿਰ ਵਿਦਿਆ ਪੜ੍ਹਾਈ, ਉਹ ਅਜੇ ਆਦੇ ਤੈਨੂੰ 30 ਸਾਲ ਹੋਰ ਪੜ੍ਹਾ ਦਾਂਗੇ, ਗਿਆਨੀ ਤਾਂ ਮੈਂ ਨਹੀਂ ਹੋਇਆ। ਸਾਡੇ ਪੰਜਾਬ ਦੇ ਲੋਕ ਪੰਜਾਬੀ ਦੇ ਅੱਖਰ ਦੋ ਪੜ੍ਹ ਕੇ ਗਿਆਨੀ ਖਾਣ ਲੱਗ ਜਾਂਦੇ। ਚੱਲ ਵਾਲਾ ਜਪ ਸਾਹਿਬ ਨੂੰ ਥੋੜ੍ਹੀ ਦਾਸ ਕਰਕੇ ਮੈਨੂੰ ਸੁਣਾ ਦੇ ਕੋਈ ਵੱਡੇ ਸ਼ਾਸਤਰੀ ਜਿਸ ਕਿਸੇ ਨੇ ਬਾਅਦ ਖੜੀ ਖੜੀ ਭਰਾ ਰਾਜ ਦਿੱਤੀ, ਕਿਉਂ ਮਹਾਂਵਿਦਵਾਨ ਸੀ ਉਹ ਕਰਨ ਦਾ ਮਾੜਾ ਮੋਟਾ ਹਜ਼ਾਰ ਕਰਨ ਦਾ। ਤਾਂ ਮਹਾਰਾਜ ਮੇਰੇ ਪਾਸ ਵਿਦਿਆ ਮਹਾਂਪਛ ਤਕਾ, ਮਹਾਂਪਛ ਸੰਸਕ੍ਰਿਤ ਦਾ ਬਹੁਤ ਮਹਿੰਗਾ ਖਰਚਿਆ ਖੰਡਨ, ਔਰ ਮਹਾਂਪਛ ਤੇ ਨਿਆਏ ਪਤੰਜਲ ਮਨੋਰਮਾ ਯੋਗ ਦਰਸ਼ਨ ਸਿਧਾਂਤ ਇਤਿਆਦਿ ਸ਼ਾਸਤਰ ਤੇ ਇੱਕ ਪੰਡਿਤ ਉਹਨਾਂ ਨੂੰ ਪਹਿਲਾਂ ਵਿਅੰਜਨ ਹਸਤ ਦੱਸ ਕੇ ਤੇ ਵਿਦਿਆ ਪੜ੍ਹਾਉਂਦਾ, ਦੇਖਾਂ ਭਲਾ ਸੰਦੀ ਪਣ ਤੇਰੇ ਲਗਾ ਸੁਣੋ ਕਿਰਤ ਵੀ ਨਾ ਜਿਵੇਂ ਤੁਮਾਰੀ ਇੱਛਿਆ ਪਰੋ ਗਮਾਰੇ ਸਨਾਤਾ ਕਿਲੋ ਖਤਾ ਮਹਾਂ ਪੱਛਦਾ ਪਹਿਲਾਂ ਤੁਹਾਨੂੰ ਵਿੰਜਨ ਰਹੱਸ਼ ਦੱਸਦਾ ਪਹਿਲਾਂ ਤੁਹਾਨੂੰ ਵਿੰਜਨ ਰਹੱਸ਼ ਦੱਸਦਾ ਕੁਛ ਕਰਗੇ ਪੜਨ ਕੋਲੇ ਸੰਧੀ ਪੰਨ ਲੇ ਲੱਗ ਪੇ ਪੜਨ ਕੋਲੇ ਸੰਧੀ ਪੰਨ ਲੇ ਬੜੀ ਤੇਜ ਕ੍ਰਿਸ਼ਨ ਮੁਰਾਰਦੀ ਦਸੀ ਹੈਰੀ ਘਰ ਦੀ ਸੰਭਾਲ ਕਰਦੀ ਬੋਲ ਤਾਂ ਹਰੇ ਭਵਿੱਤ ਅੱਗ ਸੰਤ ਦੇ ਬੋਲ ਤਾਂ ਹਰੇ ਭਵਿੱਤ ਅੱਗ ਸੰਤ ਦੇ ਲੱਗ ਪੇ ਪੜਨ ਕੋਲੇ ਸੰਧੀ ਪੰਨ ਲੇ ਲੱਗ ਪੇ ਪੜਨ ਕੋਲੇ ਸੰਧੀ ਪੰਨ ਲੇ ਪੜਨ ਕੋਲੇ ਸੰਧੀ ਪੰਨ ਲੇ ਲੱਗ ਪੇ ਪੜਨ ਕੋਲੇ ਸੰਧੀ ਪੰਨ ਲੇ ਪਾਮ ਦਾ ਸਦਾਮਾ ਫਕਰ ਹੈ ਉਸ ਨੂੰ ਪੜਾਇਆ ਪਹਿਲਾਂ ਹੋਣਾ ਚੱਕਰ ਲੱਗ ਪੇ ਪੜਨ ਕੋਲੇ ਸੰਧੀ ਪੰਨ ਲੇ ਲੱਗ ਪੇ ਪੜਨ ਕੋਲੇ ਸੰਧੀ ਪੰਨ ਲੇ ਚੋ ਬਲ ਡਾਰਾ ਲੱਗ
ਬਾਦਸ਼ਾਹ ਦੇ ਹਜ਼ਾਰਾਂ ਲਟਕੇ, ਵਿੱਚ ਬਾਦਸ਼ਾਹ ਦੇ ਹਜ਼ਾਰਾਂ ਲਟਕੇ, ਕਲੀ ਵਿੱਚ ਮੂਰਖ ਸਲੇਟ ਪੰਨਦੇ, ਉਹ ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਬੈਠੇ ਨੇ ਬਿਰਬਰ ਸੁਸਲਾਈ ਪੰਗਤਾ, ਜਾ ਕੇ ਬਾਦਸ਼ਾਹ ਨੂੰ ਚੜਾਈਆਂ ਰੰਗਤਾ, ਪੈਂਦੇ ਚਮਕਾਰੇ ਪੀਰੇ ਪੰਨ ਪੰਨਦੇ, ਪੈਂਦੇ ਚਮਕਾਰੇ ਪੀਰੇ ਪੰਨ ਪੰਨਦੇ, ਉਹ ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਉਹ ਹਿੰਦੀ ਦੀ ਪੜਾਈ ਵਿੱਚ ਪੈ ਕੇ ਰੁੱਲ ਗਿਆ, ਬਾਠ ਜਦੋਂ ਸੁਣਿਆ ਸੁਦਾਮਾ ਭੁੱਲ ਗਿਆ, ਬਾਠ ਜਦੋਂ ਸੁਣਿਆ ਸੁਦਾਮਾ ਭੁੱਲ ਗਿਆ, ਗੁਰੂਆਂ ਨੇ ਦਿੱਤਾ ਲੱਕੜਾਂ ਦਾ ਡੰਗ ਦੇ, ਉਹ ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਉਹਨੂੰ ਚਾਰਾ ਹੋ ਕੇ ਫਕਰ ਖੜੋ ਗਿਆ, ਦੇਖ ਕੇ ਕ੍ਰਿਸ਼ਨ ਵੀ ਗਲਤ ਹੋ ਗਿਆ, ਲੱਕੜ ਕਰ ਤੂਸ ਗੰਦ ਦੇ, ਉਹ ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਪਾਗਲ ਸੁਦਾਮਾ ਸੀ ਜਵਾਨ ਮੋਟੀ ਦਾ, ਤੂੰ ਤਾਂ ਵਿਦਵਾਨ ਸੀ ਕ੍ਰਿਸ਼ਨ ਚੋਟੀ ਦਾ, ਤੂੰ ਤਾਂ ਵਿਦਵਾਨ ਸੀ ਕ੍ਰਿਸ਼ਨ ਚੋਟੀ ਦਾ, ਵਿੱਚ ਬਹਿ ਗਏ ਮੂਰਖਾਂ ਦੀ ਜੰਗ ਦੇ, ਉਹ ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਰੱਖਿਆ ਸਾਡੀ ਪਾਠਸ਼ਾਲਾ ਦਾ ਹੀ ਅਸੂਲ ਹੈ, ਲੱਕੜਾਂ ਮੰਗਾਉਂਦੇ ਜਿਹੜਾ ਜਾਂਦਾ ਪੂਲ ਹੈ, ਅਖਬਾਰ ਸਿੰਘਾਂ ਵਿੱਚ ਪਹੁੰਚੋ ਪੰਨਦੇ, ਅਖਬਾਰ ਸਿੰਘਾਂ ਵਿੱਚ ਪਹੁੰਚੋ ਪੰਨਦੇ, ਉਹ ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ, ਲੱਗ ਪਏ ਬਾੜਿਆਂ ਨੂੰ ਕੋਲੇ ਸੰਦੀ ਪੰਨਦੇ।